ਇਹ ਸਾਡੀ ਤੁਸੀਂ ਕਹਿ ਲਓ ਬੁਨਿਆਦ ਹੈ। ਮਤਲਬ ਪੰਜਾਬ ਦਾ ਤਾਂ ਨਾਂ ਹੀ ਪਾਣੀਆਂ 'ਤੇ ਹੈ ਔਰ ਹਰੇਕ ਨੇ ਪੰਜਾਬ ਦੇ ਪਾਣੀਆਂ ਦੀ ਗੱਲ ਹੀ ਕੀਤੀ ਹੈ। ਪਹਿਲਾਂ ਇਹਨੂੰ ਸਪਤ ਸਿੰਧੂ ਆਉਂਦੇ ਸੀ, ਮਤਲਬ ਸੰਸਕ੍ਰਿਤ ਦੇ ਵਿੱਚੋਂ ਕੱਢਿਆ ਗਿਆ ਸੀ ਕਿ ਸਪਤ ਮੀਨ ਸੱਤ, ਸਿੰਧੂ ਮਤਲਬ ਨੀਲ, ਆ ਮਤਲਬ ਪਾਣੀ ਦਰਿਆ। ਫਿਰ ਪੰਚਨਾਦ ਕਹਿਤਾ, ਫਿਰ ਪੰਚਨਾਦ ਵੀ ਇਹੀ ਸੀਗਾ ਪਾਣੀਆਂ 'ਤੇ, ਫਿਰ ਆ ਕੇ ਪੰਜਾਬ 'ਤੇ ਆਏ ਆ। ਵਿੱਚ ਹੋਰ ਵੀ ਨਾਂ ਆਏ ਨੇ, ਬਾਬਿਆਂ ਨੇ ਕੀ ਕਿਹਾ ਆਹੀ ਕਿਹਾ, ਗੁਰਬਾਣੀ 'ਚ ਕਿਹਾ ਦਾ ਦਰਜਾ ਪਿਤਾ ਦਾ ਦਰਜਾ ਹੈ, ਅਤੇ ਪਿਤਾ ਨਾਲ ਅਸੀਂ ਕੀ ਕਰ ਰਹੇ ਹਾਂ, ਅਸੀਂ ਜੀ ਬੁੱਢੇ ਦਰਿਆ 'ਤੇ ਬੈਠੇ ਹਾਂ। ਬੁੱਢਾ ਦਰਿਆ ਜਿੱਥੇ ਆ ਕੇ ਸਤਲੁਜ ਦੇ ਵਿੱਚ ਪੈਂਦਾ ਔਰ ਸਤਲੁਜ ਦੇ ਵਿੱਚ ਪੈ ਕੇ ਸਾਰਾ ਪਾਣੀ ਦੂਸ਼ਿਤ ਕਰਦਾ, ਸੱਤਿਆਨਾਸ਼ ਕਰਦਾ ਕਹਿ ਲਓ, ਔਰ ਇਹ ਪਾਣੀ ਅੱਗੇ ਹਰੀਕੇ ਤੱਕ ਜਾਂਦਾ, ਹਰੀਕੇ ਤੋਂ ਅੱਗੇ ਸੂਏ ਨਿਕਲਦੇ ਨੇ, ਨਹਿਰਾਂ ਨਿਕਲਦੀਆਂ ਨੇ, ਔਰ ਉਹ ਪਾਣੀ ਅੱਗੇ ਖੇਤਾਂ ਨੂੰ ਲੱਗਦਾ, ਮੱਝਾਂ ਪੀਂਦੀਆਂ ਨੇ, ਬੰਦੇ ਪੀਂਦੇ ਨੇ ਔਰ ਬਿਮਾਰ ਹੁੰਦੇ ਨੇ। ਇਹਨਾਂ ਦਰਿਆਵਾਂ ਦੇ ਪਾਣੀ ਨੂੰ ਪੀ ਪੀ ਕੇ ਲੋਕ ਸਿਹਤਾਂ ਬਣਦੀਆਂ ਸੀ, ਲੋਕ ਆਉਂਦੇ ਸੀ ਪੰਜਾਬ ਦਾ ਲੰਬਾ ਚੌੜਾ ਲੱਗ ਰਿਹਾ ਯਾਰ, ਪੰਜਾਬ ਦਾ ਹੋਊਗਾ, ਔਰ ਡੰਡ ਮਾਰੋ ਸਿਹਤ ਬਣ ਜਾਂਦੀ ਸੀ ਪੰਜਾਬ ਦੇ ਬੰਦੇ ਦੀ। ਅਤੇ ਅੱਜ ਇਹ ਪਾਣੀ ਪੀਓ ਕੈਂਸਰ ਹੁੰਦਾ, ਕੈਂਸਰ ਟ੍ਰੇਡ ਚੱਲਦੀ ਹੈ। ਕਿਉਂ ਦਵਿੰਦਰ ਜੀ, ਤੁਸੀਂ ਵਰਲਡ 'ਚ ਘੁੰਮਦੇ ਹੋ, ਤੁਸੀਂ ਕਿਤੇ ਇਹੋ ਜਿਹਾ ਹਾਲ ਵੇਖਿਆ ਦਰਿਆਵਾਂ ਦਾ? ਦੇਖੋ, ਸਭ ਤੋਂ ਇੰਪੋਰਟੈਂਟ ਗੱਲ ਜੋ ਤੁਸੀਂ ਕਹਿ ਰਹੇ ਹੋ ਔਰ ਅੱਜ ਆਪਾਂ ਜਿਹੜਾ ਡਿਸਕਸ ਕਰ ਰਹੇ ਹਾਂ, ਔਰ ਜਿਸ ਤਰ੍ਹਾਂ ਕੰਵਰ ਜੀ ਨੇ ਕਿਹਾ ਕਿ ਬਈ ਆਪਣੇ ਗੁਰੂਆਂ ਨੇ ਸਾਨੂੰ ਕਿਹਾ ਪਾਣੀ ਬਚਾਓ, ਪਾਣੀ ਨੂੰ ਪ੍ਰੋਟੈਕਟ ਕਰੋ, ਲੇਕਿਨ ਅਸਲੀ ਗੱਲ ਇਹ ਹੈ ਕਿ ਬਈ ਪਾਣੀ ਦਾ ਤਾਂ ਮੁੱਦਾ ਔਰ ਬਾਕੀ ਮੁੱਦੇ ਵੀ ਸਾਰੇ ਦੇਖੀਏ ਆਪਾਂ ਤਾਂ ਉਹ ਇਕਨੋਮਿਕ ਗਰੋਥ ਦੇ ਮਾਡਲ 'ਤੇ ਇਹ ਮੈਟਰ ਨਹੀਂ ਕਰਦਾ। ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਇਕਨੋਮਿਕ ਗਰੋਥ ਦਾ ਮਾਡਲ, ਜਿਸ ਤਰ੍ਹਾਂ ਇਹ ਦਰਿਆ ਆ ਰਿਹਾ ਹੈਗਾ ਬੁੱਢਾ ਦਰਿਆ, ਇਹ ਦਰਿਆ ਦਾ ਜਿਹੜਾ ਫਲੋ ਹੈਗਾ ਕੋਈ ਓਬਜੈਕਸ਼ਨ ਕਿਉਂ ਨਹੀਂ ਕਰਦਾ, ਕਿਉਂਕਿ ਇਕਨੋਮਿਕ ਗਰੋਥ ਹੈ, ਵਿਕਾਸ ਹੋ ਰਿਹਾ, ਐਂਡ ਵੀ ਆਰ ਆਲ ਵੈਰੀ ਹੈਪੀ ਕਿ ਇਨਵੈਸਟਮੈਂਟ ਆ ਰਹੀ ਹੈ। ਸਾਰੇ ਦੇਸ਼ 'ਚ ਸੋਚਣਾ ਇਹੀ ਹੈ ਕਿ ਇਨਵੈਸਟਮੈਂਟ ਆਏ, ਪਰ ਇਨਵੈਸਟਮੈਂਟ ਚੰਗੀ ਆਏ ਜਾਂ ਗੰਦੀ ਆਏ ਉਹਦਾ ਕੋਈ ਫਰਕ ਨਹੀਂ। ਆਹ ਤੁਸੀਂ ਵੇਖਿਓ ਜੇ ਪਿੱਛੇ, ਆਹ ਵਿਕਾਸ ਦੀ ਨਿਸ਼ਾਨੀ ਹੈ ਪੋਲ ਫਲਾਈ ਓਵਰ, ਤੇ ਥੱਲੇ ਵਿਨਾਸ਼ ਹੈ, ਥੱਲੇ ਵਿਨਾਸ਼ ਹੈ। ਇਹ ਨਾਲੇ ਐਕਸਪ੍ਰੈਸ ਵੇ ਉਹ ਬਣਨੇ ਨੇ ਜਿਹਦੇ ਤੇ ਪੰਜਾਬੀ ਨੂੰ ਛੇਤੀ ਚੜ੍ਹਨ ਦਾ ਰਾਈਟ ਨਹੀਂ ਹੋਏਗਾ, 300 ਕਿਲੋਮੀਟਰ ਕਿਤੇ ਕਿਹਦੇ ਲਈ ਬਣ ਰਹੇ ਨੇ ਉਸ ਤੋਂ ਬਾਅਦ ਦਾ ਪਤਾ ਲੱਗੋ। ਜਿਵੇਂ ਸ਼ਰਮਾ ਜੀ ਕਹਿੰਦੇ ਨੇ ਕਿ ਡਿਵੈਲਪਮੈਂਟ ਦੇ ਮਾਡਲ ਦੇ ਵਿੱਚ ਡਿਜ਼ਾਈਨ ਦੇ ਵਿੱਚ ਪਹਿਲਾਂ ਤਾਂ ਪੰਜਾਬ ਪੋਲਿਟਿਕਸ ਨੇ ਪੱਟਿਆ, ਪੰਜ ਦਰਿਆ ਕਿੱਥੇ ਨੇ, ਢਾਈ ਨੇ, ਤੇ ਢਾਈ ਦੇ ਵਿੱਚੋਂ ਵੀ ਉਹ ਸੁੱਕ ਗਏ ਤੇ ਨਾਲੇ ਤਾਂ ਹੁਣ ਬਾਕੀ ਦਰਿਆ ਵੀ ਬਣ ਗਏ। ਬੁੱਢਾ ਦਰਿਆ ਤੁਸੀਂ ਕਿਹਾ ਇਹ ਨਾਲਾ ਬਣ ਗਿਆ, ਹੁਣ ਨਾਲਾ ਹੀ ਬਣੇ, ਨਾਲਾ ਸਾਹਮਣੇ ਜਿਹੜਾ ਕੋਈ ਸਾਡੇ ਸਾਹਮਣੇ ਦਿਖਾਈ ਦੇ ਰਿਹਾ। ਤੇ ਦੂਸਰਾ ਇਹ ਵੀ ਹੈ, ਮੈਨੂੰ ਲੱਗਦਾ ਓਵਰਆਲ ਪੰਜਾਬੀਆਂ ਨੇ ਵੀ ਅਸੀਂ ਚਾਹੇ ਗੁਰਬਾਣੀ ਤੋਂ ਬਾਕੀ ਚੀਜ਼ਾਂ ਤੋਂ ਲਿਆ, ਕੁਦਰਤ ਨੇ ਦਾਤ ਬਹੁਤੀ ਜ਼ਿਆਦਾ ਦੇ ਦਿੱਤੀ, ਸ਼ਾਇਦ ਉਹਦੀ ਅਸੀਂ ਮਤਲਬ ਉਹਦਾ ਮਹੱਤਵ ਸਮਝਣਾ ਬੰਦ ਕਰ ਗਏ। ਸਾਨੂੰ ਸਾਡੇ ਦਿਮਾਗਾਂ 'ਚ ਇਹ ਗੱਲ ਭਰ ਗਈ ਕਿ ਜਿਹੜੀ ਕੁਦਰਤ ਦੀ ਦਾਤ ਹੈ ਮੁਫਤ ਵੀ ਹੁੰਦੀ ਹੈ ਤੇ ਅਮੁੱਕ ਹੁੰਦੀ ਹੈ। ਆਹ ਸਮਝੀ ਬੈਠੇ, ਮਾਈਂਡਸੈਟ ਬਣ ਗਿਆ। ਜਦੋਂ ਮਾਈਂਡਸੈਟ ਬਣਦਾ ਤਾਂ ਬੰਦੇ ਨੂੰ ਉਹਦੀ ਕਮੀ ਦਾ ਅਹਿਸਾਸ ਹੀ ਨਹੀਂ ਹੁੰਦਾ, ਕਦੇ ਕਮੀ ਹੋਏਗੀ ਕਦੇ ਮੁੱਕ ਜਾ। ਮੈਂ ਬਹੁਤ ਲੀਡਰਾਂ ਨੂੰ ਜਾਣਦਾ, ਕਿਸਾਨ ਯੂਨੀਅਨਾਂ ਦੇ ਵੀ ਮੈਂ ਪੁਰਾਣੇ ਜਿਹਨਾਂ ਨਾਲ ਗੱਲ ਹੁੰਦੀ, ਕਈ ਵਾਰ ਇਹ ਐਵੇਂ ਮਾਰੀ ਜਾਂਦੇ ਹੋ ਯਾਰ ਕਦੇ ਪਾਣੀ ਵੀ ਮੁੱਕਿਆ, ਸਾਡੇ ਪਹਿਲਾਂ ਸੇਬ ਚੰਡੀਗੜ੍ਹ ਹੁੰਦੀ ਸੀ ਫਿਰ ਉਧਰ ਨੂੰ ਵਾਗੀ, ਪਾਣੀ ਤੁਰਦਾ ਰਹਿੰਦਾ ਆਉਂਦਾ ਰਹਿੰਦਾ। ਇਹ ਅਪਰੋਚ ਹੈ ਸਾਡੀ ਪਾਣੀ ਦੇ ਬਾਰੇ 'ਚ। ਉਹ ਤਾਂ ਚਲੋ ਪਾਣੀ ਮੁੱਕਣ ਦੀ ਗੱਲ ਹੈ, ਇਹ ਤਾਂ ਪਾਣੀ ਪ੍ਰਦੂਸ਼ਣ, ਪਾਣੀ ਨੂੰ ਜ਼ਹਿਰੀਲਾ ਬਣਾਉਣ ਦੀ ਗੱਲ ਹੈ ਨਾਲ, ਉਹਦੇ ਉੱਤੋਂ ਜ਼ਿਆਦਾ। ਇਹ ਜ਼ਹਿਰੀਲਾਪਣ ਉਸ ਮਾਡਲ ਤੋਂ ਬਿਨਾਂ ਨਹੀਂ ਆਉਂਦਾ। ਇੱਥੇ ਚੀਫ ਮਿਨਿਸਟਰ ਨੂੰ ਲੁਧਿਆਣੇ ਦੇ ਵਿੱਚ ਫੰਕਸ਼ਨ ਸੀ, ਬੋਤਲਾਂ ਭਰ ਕੇ ਦਿੱਤੀਆਂ ਗਈਆਂ ਸੀ ਅਕਾਲੀ ਦਲ ਦੇ ਚੀਫ ਪ੍ਰਕਾਸ਼ ਸਿੰਘ ਬਾਦਲ ਨੂੰ, ਤੇ ਗਲਾਸ ਦਿੱਤੇ ਵੀ ਪੀ ਕੇ ਦਿਖਾਓ ਜੀ, 4 ਦਿਨ ਕਨੈਕਸ਼ਨ ਕੱਟੇ ਤੇ ਉਦੋਂ ਬਾਅਦ ਇੰਡਸਟਰੀਅਲਿਸਟ ਉੱਥੇ ਵਗ ਜਾਂਦਾ ਚੰਡੀਗੜ੍ਹ ਦੇ ਵਿੱਚ, ਉਹ ਕੀ ਲੈਣ ਦੇਣ ਹੁੰਦਾ ਅੰਦਰ ਖਾਤੇ ਉਹਦਾ ਸਵਾਲ ਹੁੰਦਾ, ਤੇ ਮੁੜ ਕੇ ਫਿਰ ਚੱਲ ਪੈਂਦੀਆਂ ਨੇ ਕਨੈਕਸ਼ਨ ਜਾਰੀ।
ਕੋਈ ਫਰਕ ਨਹੀਂ ਪੈਂਦਾ। ਉਹ ਕਮਾਲ ਦੀ ਗੱਲ ਕੀ ਅਮੀਰ ਜੀ, ਇੱਥੇ ਖੜ ਕੇ ਚੀਫ ਮਿਨਿਸਟਰ ਫੋਟੋਆਂ ਖਿਚਾਉਂਦੇ ਨੇ, ਵੀਡੀਓ ਬਣਾਉਂਦੇ ਨੇ, ਉਦੋਂ ਵੋਟ ਚਾਹੀਦੀ ਹੁੰਦੀ ਹੈ ਇੱਥੇ ਖੜਦੇ ਨੇ, ਤੇ ਜਦੋਂ ਨੋਟ ਚਾਹੀਦੇ ਹੁੰਦੇ ਨੇ ਉਦੋਂ ਉਹ ਕੰਮ ਚਾਲੂ ਕਰਾ ਦਿੰਦੇ ਨੇ ਕਿ ਪਾਓ ਗਾਂਧੀ ਜੀ ਜਿਹੜਾ ਪਾਉਣਾ। ਅਸੀਂ ਰੌਲਾ ਪਾਉਂਦੇ ਹਾਂ ਕਿ ਸਾਡਾ ਪਾਣੀ ਚਲਿਆ ਗਿਆ, ਰੌਲਾ ਨਹੀਂ ਪਾਉਂਦੇ। ਇਹ ਸੱਚ ਵੀ ਹੈ ਕਿ 32 MAF ਜੋ ਆਜ਼ਾਦੀ ਵੇਲੇ ਸੀ ਸਾਡਾ, ਅੱਜ ਅਸੀਂ 11 MAF 'ਤੇ ਆ ਗਏ ਹਾਂ। ਬਟ ਮਸਲਾ ਇਹ ਹੈ ਕਿ ਜਿਹੜਾ 11 ਬਚਿਆ ਉਹ ਕਿਹੋ ਜਿਹਾ, ਉਹ ਜ਼ਹਿਰੀਲਾ ਹੈ, ਉਹਨੂੰ ਕਿਵੇਂ ਬਚਾਈਏ? ਤੁਹਾਨੂੰ ਕੀ ਲੱਗਦਾ ਮਨਧੀਰ ਜੀ, ਤੁਸੀਂ ਜਾਣਾ ਵੀ ਹੈ, ਮਾੜਾ ਜਿਹਾ ਦੱਸੋ ਇਹਦੇ ਬਾਰੇ ਚਾਨਣਾ ਪਾਓ। ਇਸ ਨਾਲੇ ਨੂੰ ਠੀਕ ਕਰਨ ਲਈ ਮੇਰੇ ਖਿਆਲ 1980 ਤੋਂ ਯਤਨ ਹੋ, ਸੋਸ਼ਲ ਲੈਵਲ ਦੇ ਵੀ, ਪੋਲੀਟੀਕਲ ਲੈਵਲ ਦੇ ਵੀ, ਤੇ ਸਾਰੀਆਂ ਕਮੇਟੀਆਂ ਵੀ, ਮਨ ਦਾ ਕਰੋੜਾਂ ਹੀ ਰੁਪਈਏ, ਕਈ 100 ਕਰੋੜ ਰੁਪਈਆ ਇੱਥੇ ਲੱਗ ਚੁੱਕਾ। ਹੁਣ ਕੋਈ ਇੱਕ ਮਸਲਾ 2-4-5 ਸਾਲ ਇੱਕ ਟੈਨਿਊਰ ਦੋ ਟੈਨਿਊਰ 'ਚ ਨਾ ਹੱਲ ਹੋਵੇ ਤਾਂ ਸਮਝ ਆਏ, ਤਾਂ 50 ਸਾਲ ਤੋਂ ਇਹ ਮਸਲਾ ਖੜ੍ਹਾ ਹੈ। ਜਦੋਂ 50 ਸਾਲ ਤੋਂ ਇਹ ਮਸਲਾ ਖੜ੍ਹਾ ਹੈ ਤਾਂ ਇਹਦੇ ਵਿੱਚ ਹਿੱਸੇਦਾਰੀ ਥੋੜ੍ਹੀ ਬਹੁਤ ਸਾਰਿਆਂ ਦੀ ਆ। ਇਹ ਠੀਕ ਹੈ ਕਿ ਇਹਨੂੰ ਖਰਾਬ ਕਰਨ ਲਈ ਜਿਹੜੀ ਪ੍ਰਿੰਸੀਪਲ ਧਿਰ ਹੈ ਉਹ ਇੰਡਸਟਰੀਲਿਸਟ ਨੇ, ਕਿ ਵੱਖ ਵੱਖ ਰੂਪ ਦੇ ਵਿੱਚ ਜਿਹੜੇ ਤੁਸੀਂ ਇਕਨੋਮਿਕ ਮਾਡਲ ਦੀ ਗੱਲ ਕੀਤੀ, ਉਹਦੇ ਜਿਹੜੇ ਬੈਨੀਫਿਸ਼ਰੀ ਨੇ, ਚਾਹੇ ਇੱਥੇ ਡੇਅਰੀ ਡਿਪਾਰਟਮੈਂਟ ਹੈ, ਚਾਹੇ ਉਸ ਮਾਡਲ 'ਚੋਂ ਜਿਸ ਤਰ੍ਹਾਂ ਦੇ ਸਾਡੇ ਘਰ ਆਏ, ਸੀਵਰੇਜ ਸਿਸਟਮ ਬਣੇ, ਉਹ ਵੀ ਉਸੇ ਮਾਡਲ ਦੀ ਪ੍ਰੋਡਕਟ ਹੈ, ਇੰਡਸਟਰੀ ਆ। ਬਟ ਇਸ ਨੂੰ ਜਿਹੜਾ ਠੀਕ ਰੱਖਣ ਦੀ ਜ਼ਿੰਮੇਵਾਰੀ ਸੀਗੀ ਉਹਦੇ ਵਿੱਚ, ਜਿੱਥੇ ਪੰਜਾਬ ਦੀ ਟੋਟਲ ਪੋਲੀਟੀਕਲ ਸਾਰੇ ਸਪੈਕਟਰਮ ਦੀ ਪੋਲੀਟੀਕਲ ਲੀਡਰਸ਼ਿਪ, ਚਾਹੇ ਉਹ ਅਕਾਲੀ ਦਲ ਹੈ, ਕਾਂਗਰਸ ਹੈ, BJP ਦਾ ਵੀ ਬੜਾ ਇਨਫਲੂਐਂਸ ਹੈ ਇੱਥੇ ਤਾਂ ਇਸ ਸ਼ਹਿਰ ਦੇ ਵਿੱਚ, ਜਾਂ ਨਵੀਆਂ ਪਾਰਟੀਆਂ ਨੇ ਜਿਹੜੀਆਂ ਆਪ ਵਗੈਰਾ ਆਈਆਂ ਨੇ, ਤਾਂ ਲੈਫਟਿਸਟ ਪਾਰਟੀਆਂ ਨੇ, ਲੈਫਟਿਸਟ, ਰਾਈਟਿਸਟ, ਸੈਂਟਰਿਸਟ, ਕਿਸੇ ਦਾ ਵੀ ਇਹਦੇ ਵਿੱਚ ਕੰਸਿਸਟੈਂਟਲੀ ਕੋਈ ਐਫਰਟ ਨਹੀਂ ਰਿਹਾ। ਬਿਊਰੋਕਰੇਸੀ ਦਾ ਵੀ ਇਹੀ ਹਾਲ ਹੈ, ਬਿਊਰੋਕਰੇਸੀ ਨੂੰ ਅਸੀਂ ਸਦਾ ਹੀ ਛੱਡ ਜਾਂਦੇ ਹਾਂ, ਜਿਨ੍ਹਾਂ ਨੇ ਪੰਜਾਬ ਦੇ ਸਭ ਤੋਂ ਵੱਡੇ ਡਾਕੇ ਮਾਰੇ ਨੇ, ਸਭ ਤੋਂ ਵੱਡਾ ਪੈਸਾ ਉਹਨਾਂ ਨੇ ਖਾਧਾ ਇਹਨਾਂ ਸਾਰੇ ਪ੍ਰੋਜੈਕਟਾਂ ਦੇ ਨਾਂ ਦੇ ਉੱਤੇ, ਉਹ ਵੀ ਸਾਰੇ ਇਹਦੇ ਭਾਗੀਦਾਰ ਨੇ। ਤੋ ਇੱਕ ਲੈਵਲ ਦੇ ਉੱਤੇ ਬਿਲਕੁਲ, ਚਾਹੇ ਲਾਸਟ ਗਿਣੀਏ ਜਿਹੜੇ ਸਾਡੀਆਂ ਭਾਈਚਾਰਕ ਸੰਸਥਾਵਾਂ ਨੇ ਉਹਨਾਂ ਦੇ ਵੀ ਫੇਲਿਓਰ ਨੇ। ਜੇ ਇਹ ਮਸਲਾ ਹੱਲ ਨਹੀਂ ਹੋ ਰਿਹਾ ਤੇ ਉਹਦੇ ਵਿੱਚ ਪੈਸਾ ਵੀ ਲੱਗ ਰਿਹਾ, ਪੈਸਾ ਰੁੜ ਰਿਹਾ ਜਿਵੇਂ ਪਾਣੀ ਰੁੜ ਰਿਹਾ, ਇੱਦਾਂ ਹੀ ਪੈਸਾ ਰੁੜ ਰਿਹਾ ਇਹਦੇ ਵਿੱਚ, ਤੇ ਉਹਦਾ ਕਾਰਨ ਇਹੀ ਹੈ ਕਿ ਕੋਈ ਵੀ ਐਕਸਪਰਟ ਬੰਦਾ ਜਿਹੜਾ ਹੈ ਉਹ ਨਹੀਂ ਲਾਇਆ ਜਾਂਦਾ, ਕਿਉਂਕਿ ਫਿਰ ਉਹ ਜੇ ਇੰਨਾ ਵਧੀਆ ਬੰਦਾ ਹੋਊਗਾ ਤੇ ਉਹ ਸਹੀ ਕੰਮ ਕਰਨਾ ਸ਼ੁਰੂ ਕਰ ਦੂਗਾ ਤੇ ਉਹ ਸੂਟ ਨਹੀਂ ਕਰਦਾ ਜਿਨ੍ਹਾਂ ਨੇ ਇਹ ਕੰਮ ਹੋਣ ਨਹੀਂ ਦੇਣਾ। ਪੈਸਾ ਵੀ ਲਗਵਾ ਦੇਣਾ ਤੇ ਮਸਲਾ ਵੀ ਹੱਲ ਨਹੀਂ ਹੋਣ ਦੇਣਾ, ਕਿਉਂਕਿ ਮਸਲੇ ਨਾਲ ਹੀ ਪੈਸਾ ਬਣਦਾ ਸ਼ਾਇਦ। ਤੇ ਜੇ ਕੋਈ ਚੰਗਾ ਸਾਇੰਟਿਸਟ, ਕੋਈ ਪਾਣੀ ਦਾ ਸਾਇੰਟਿਸਟ, ਕੋਈ ਸਿਹਤ ਦਾ ਸਾਇੰਟਿਸਟ ਇਸ ਪ੍ਰੋਜੈਕਟ ਨੂੰ ਹੈੱਡ ਕਰੇ ਤਾਂ ਮੇਰਾ ਖਿਆਲ ਕਿ 1-1.5 ਸਾਲ ਦੇ ਵਿੱਚ ਇਹ ਮਸਲਾ ਹੱਲ ਹੋ ਸਕਦਾ। ਕੋਈ ਬਹੁਤ ਇਹੋ ਜਿਹਾ ਰੋਕੇਟ ਸਾਇੰਸ ਇਹ ਵੀ ਨਹੀਂ ਹੈਗਾ। ਆਪਾਂ ਕਹਿੰਦੇ ਹਾਂ ਬੁੱਢਾ ਨਾਲਾ ਜਿਹੜਾ ਇੱਕ ਹੈ ਇਹ ਚੈਲੰਜ ਹੈਗਾ, ਕਿਉਂਕਿ ਦਰਿਆ ਸੀ ਨਾਲਾ ਬਣਾਤਾ। ਮੈਂ ਕਹਿੰਦਾ ਉਹ ਤਾਂ ਇੰਡਸਟਰੀਲਿਸਟ ਨੇ, ਸਰਕਾਰਾਂ ਦੇ ਲੋਕ ਨੇ, ਉਹਨਾਂ ਨਾਲ ਤਾਂ ਆਪਾਂ ਕਲੈਕਟਿਵ ਲੜਾਈ ਇਕੱਠੇ ਹੋ ਕੇ ਲੜਨੀ ਹੈ। ਤੁਸੀਂ ਆਮ ਲੋਕਾਂ ਨੂੰ ਤਾਂ ਰੋਕ ਲਓ ਪਹਿਲਾਂ, ਜਿਹਨਾਂ ਨੂੰ ਸਭ ਤੋਂ ਜ਼ਿਆਦਾ ਅਸਰ ਪੈ ਰਿਹਾ ਉਸ ਚੀਜ਼ ਦਾ, ਉਹ ਲੋਕਾਂ ਨੂੰ ਕੌਣ ਰੋਕੂਗਾ, ਉਹਨਾਂ ਨੂੰ ਕੌਣ ਸਮਝਾਊਗਾ? ਇਹ ਸਮਝਣਗੇ ਸਾਡੇ ਨਾਲ ਤੁਰਨਗੇ ਤਾਂ ਹੀ ਤਾਂ ਮਸਲੇ ਦਾ ਹੱਲ ਹੋਊਗਾ। ਇਹ ਛੋਟੀ ਜਿਹੀ ਚੀਜ਼ ਆ, ਕਿਸੇ ਲੋਕਾਂ ਨੇ ਤਾਂ ਨਾ ਕੀ ਪੜ੍ਹੇ ਲਿਖੇ ਵੀ ਇਹਦੇ ਚ ਆਉਂਦੇ ਆ, ਵੀ ਆਪਾਂ ਕਹਿ ਦਿੰਦੇ ਨਾ ਵੀ ਪਿੰਡ ਵਾਲੇ ਆ ਜਾਂ ਡਰੇ, ਜ਼ਿਆਦਾਤਰ ਧਾਰਮਿਕ ਰੀਜ਼ਨ ਵੀ ਇਹਦੇ ਪਿੱਛੇ ਹੈਗਾ ਵੀ ਲੋਕਾਂ ਨੂੰ ਨਾ ਧਰਮ ਨਹੀਂ ਹੈਗਾ, ਉਹ ਆਰਥੋਡੌਕਸ ਲੋਕ ਨੇ ਜਿਹੜੇ ਧਰਮ ਦੇ ਖਿਲਾਫ ਨੇ, ਉਹ ਲੋਕ ਉਹਨਾਂ ਨੂੰ ਕਹਿੰਦੇ ਆ ਵੀ ਤੇਰਾ ਭਲਾ ਹੋ ਜਾਊਗਾ, ਤੂੰ ਇਹ ਤਾਰ ਦੇ ਉਹ ਤਾਰ ਦੇ। ਤੇ ਲੋਕਾਂ ਦਾ ਆਪਦਾ ਸੋਚਣ ਦਾ ਲੈਵਲ ਇਹੋ ਜਿਹਾ। ਅਗਰਬੱਤੀ ਦਾ ਪੈਕਟ ਕੀ ਹੁੰਦਾ, ਝੋਲਾ ਭਰਿਆ ਅਗਰਬੱਤੀਆਂ ਦੇ ਪੈਕਟ ਦਾ, ਉਹ ਵੀ ਦਰਿਆ ਦੇ ਵਿੱਚ, ਉਹ ਕਿਵੇਂ ਪਵਿੱਤਰ ਹੋ ਗਈ? ਲੋਕਾਂ ਦਾ ਜਿਹੜਾ ਮਾਨਸਿਕ ਜਿਹੜਾ ਲੈਵਲ ਹੈ ਉਹ ਕਿੰਨਾ ਲੋ ਹੈ ਵੀ ਅਗਰਬੱਤੀ ਦਾ ਪੈਕਟ ਤਾਂ ਫਿਰ ਫੈਕਟਰੀ 'ਚ ਜਾ ਕੇ ਮੱਥੇ ਟੇਕੋ, ਇਹ ਤਾਂ ਸੋਚਣ ਵਾਲੀ ਗੱਲ ਹੈ। ਫਿਰ ਚੁੰਨੀਆਂ ਆ ਗਈਆਂ, ਕੱਪੜੇ, ਨੇਲ ਪਾਲਿਸ਼ਾਂ, ਜਿੰਦੇ, ਕੱਚ, ਪਲਾਸਟਿਕ ਦਾ ਤਾਂ ਕੋਈ ਆਉਂਦੀ, ਇਹਨਾਂ ਨੂੰ ਤਾਰ ਕੇ ਵੀ ਮੁਕਤੀ ਹੁੰਦੀ ਹੈ? ਹੁੰਦੀ ਹੋਣੀ ਫਿਰ ਉਹਨਾਂ ਦੇ ਤਾਂ, ਜਿਹੜੇ ਸਾਡੇ ਨਾਲ ਲੜਦੇ ਆ ਵੀ ਅਸੀਂ ਤਾਂ ਸਿੱਟਾਂਗੇ, ਸਾਨੂੰ ਰੋਕਣ ਵਾਲਾ ਕੋਈ ਹੈ ਨਹੀਂ। ਤੇ ਇੱਕ ਹੋਰ ਮੈਂ ਦੱਸਣਾ ਚਾਹੁੰਦਾ,
ਵੀ ਕਈ ਇਹੋ ਜਿਹੇ ਵੀ ਆਉਂਦੇ ਆ ਪਿਕਨਿਕ ਮਨਾ ਕੇ ਆਏ ਆ ਇੱਧਰੋਂ ਖਾ ਪੀ ਕੇ ਆਏ ਕਿਸੇ ਉਹਦੇ ਚੋਂ ਲੈ ਲਿਆ ਉਹਨਾਂ ਨੇ ਗੱਡੀ ਚ ਤੇ ਆ ਕੇ ਸਤਲੁਜ ਆ ਗਈ ਸਤਲੁਜ ਨੀ ਹੈਗੇ ਉਹਨਾਂ ਦੇ ਵਾਸਤੇ ਉਹ ਸਤਲੁਜ ਆ ਗਿਆ ਜੀ ਡੰਪਿੰਗ ਯਾਰਡ ਆ ਗਿਆ ਸਿਰ ਤੋਂ ਇਹ ਦਰਿਆ ਜਿਹੜਾ ਪਿਤਾ ਦਾ ਦਰਜਾ ਹੈ ਬਾਣੀ ਚ ਉਹ ਡੰਪਿੰਗ ਯਾਰਡ ਬਣਾਤਾ ਇਹਨਾਂ ਨੇ ਕਿਉਂ ਤੁਹਾਨੂੰ ਕੀ ਲੱਗਦਾ ਗਾਜੀ ਜੀ ਜਿੰਨੇ ਲੰਬੇ ਸਮੇਂ ਤੋਂ ਲਮਕ ਰਿਹਾ ਆ ਜੀ ਇਸ ਤਰੀਕੇ ਦੇ ਨਾਲ ਤੇ ਜਿੰਨੇ ਇਹਦੇ ਪੱਖ ਉੱਭਰ ਕੇ ਆ ਚੁੱਕੇ ਆ ਜਿੰਨੇ ਮਾਰੂ ਨਤੀਜੇ ਸਾਹਮਣੇ ਆ ਚੁੱਕੇ ਆ ਇਕੱਲੀ ਇੱਕ ਬੁੱਢੇ ਦਰਿਆ ਦੇ ਮਸਲੇ ਦੀ ਗੱਲ ਨਹੀਂ ਹੈਗੀ ਜੇ ਆਪਾਂ ਦੇਖੀਏ ਤਾਂ ਇੱਦਾਂ ਦੀਆਂ ਹੋਰ ਬਹੁਤ ਸਾਰੀਆਂ ਸਟ੍ਰੀਮਸ ਹੈਗੀਆਂ ਪੰਜਾਬ ਦੇ ਵਿੱਚ ਚਾਹੇ ਉਹ ਕਾਲਾ ਸੰਘਿਆ ਡਰੇਨ ਆ ਜਾਂ ਹੋਰ ਆ ਇਹ ਤਾਂ ਹੁਣ ਇੱਕ ਆਪਾਂ ਇਸ ਤਰ੍ਹਾਂ ਕਹਿ ਸਕਦੇ ਕਿ ਇੱਕ ਇਹ ਚਿੰਨ ਬਣ ਗਿਆ ਪਰ ਪੰਜਾਬ ਦੇ ਵਿੱਚ ਜਿੰਨੇ ਵੀ ਇਹ ਕੁਦਰਤੀ ਸੋਮੇ ਸੀਗੇ ਜਾਂ ਆਪਾਂ ਕਹਿ ਲਈਏ ਕਿ ਪੰਜਾਬ ਦੀਆਂ ਲਾਈਫ ਲਾਈਨ ਸੀਗੀਆਂ ਜਿੱਥੋਂ ਜੀਵਨ ਰੂਪੀ ਪਾਣੀ ਜਿਹੜਾ ਆ ਉਹ ਇਸ ਧਰਤੀ ਨੂੰ ਛਿੰਜਦਾ ਸੀਗਾ ਪਰ ਉਹ ਸਾਰੇ ਹੀ ਅੱਜ ਮਤਲਬ ਬਿਲਕੁਲ ਕਹਿ ਲਓ ਕਿ ਬਿਮਾਰੀ ਵੰਡਣ ਵਾਲੇ ਜਾਂ ਮਤਲਬ ਇਸ ਜੀਵਨ ਧਾਰਾ ਨੂੰ ਪਲੀਟ ਇੰਨਾ ਜ਼ਿਆਦਾ ਕਰ ਦਿੱਤਾ ਗਿਆ ਸੋ ਉਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਸਮਾਜ ਤੋਂ ਸ਼ੁਰੂ ਹੁੰਦੀ ਸਮਾਜ ਨੇ ਆਪਾਂ ਕਹੀਏ ਕਿ ਇੱਕ ਅਥਾਰਟੀ ਡੈਲੀਗੇਟ ਕੀਤੀ ਹੈ ਅਫਸਰਸ਼ਾਹੀ ਨੂੰ ਜਾਂ ਸਾਰੇ ਪੋਲੀਟੀਕਲ ਕਲਾਸ ਨੂੰ ਉਹ ਇਹਦਾ ਹੱਲ ਕਰਨਗੇ ਕਿ ਸਮਾਜ ਨੂੰ ਕੋਈ ਵੀ ਸਮੱਸਿਆ ਉਹਦੇ ਸਾਹਮਣੇ ਆਉਂਦੀ ਹੈ ਇਹ ਇੱਕ ਸਟੇਟ ਆ ਸਾਡੀ ਇੱਕ ਗਵਰਨੈਂਸ ਦਾ ਮਾਡਲ ਹੈਗਾ ਆ ਜਿਹੜਾ ਉਹਦਾ ਹੱਲ ਕਰੂਗਾ ਸੋ ਜਦੋਂ ਹੱਲ ਨਹੀਂ ਕਰਦਾ ਇੰਨੇ ਲੰਬੇ ਸਮੇਂ ਤੋਂ ਆਪਾਂ ਦੇਖ ਰਹੇ ਹਾਂ ਕਿ ਨਹੀਂ ਹੋ ਰਿਹਾ ਤਾਂ ਉਹ ਜਿਹੜੀ ਡੈਲੀਗੇਟ ਕੀਤੀ ਹੋਈ ਅਥਾਰਟੀ ਹੈ ਉਹ ਅੱਜ ਲੋਕ ਆਪਣੇ ਹੱਥ ਦੇ ਵਿੱਚ ਲੈ ਲੈਣ ਕੱਲ੍ਹ ਲੈ ਲੈਣ ਉਹ ਵਾਪਸ ਲੈਣੀ ਪੈਣੀ ਹੈ ਦੋ ਚੀਜ਼ਾਂ ਦਾ ਫਰਕ ਹੈ ਤੇ ਇੱਕ ਜਗ੍ਹਾ ਸਿਟੀਜ਼ਨ ਦੇ ਰਾਈਟ ਦਾ ਕੁਐਸਚਨ ਹੈ ਜਿਹੜੀ ਫਰੀਡਮ ਹੈ ਆਜ਼ਾਦੀ ਦਾ ਕੁਐਸਚਨ ਹੈ ਨਾ ਉਹਦੀ ਲੜਾਈ ਲੜੀ ਜਾ ਚੁੱਕੀ ਹੈ ਸਾਡੇ ਅਜੇ ਉਹਦੀ ਲੜਾਈ ਜੋ ਨਹੀਂ ਲੜੀ ਅਸੀਂ ਅਜੇ ਸਿਟੀਜ਼ਨ ਬਣਨਾ ਅਸੀਂ ਕੰਟਰੀ ਦੇ ਅਸੀਂ ਵੋਟਰ ਹਾਂ ਸਿਟੀਜ਼ਨ ਨਹੀਂ ਕੇਵਲ ਵੋਟਰ ਦੇ ਤੌਰ ਤੇ ਟ੍ਰੀਟ ਕੀਤਾ ਜਾਂਦਾ ਤੇ ਵੋਟਾਂ ਫਿਰ ਕਿਵੇਂ ਲੈਣੀਆਂ ਨੇ ਇਹ ਪੋਲੀਟੀਕਲ ਏਜੰਡਾ ਨਹੀਂ ਬਣੂਗਾ ਕਿਸੇ ਕੰਟਰੀ ਚ ਸਿਟੀਜ਼ਨ ਦੇ ਆਪਣੇ ਹੱਕ ਹੁੰਦੇ ਨੇ ਤੁਸੀਂ ਜਾਂਦੇ ਆਪਾਂ ਅਮਰੀਕਾ ਜਾਓ ਜੀ ਜਿਹੜੇ ਅਮਰੀਕਨ ਸਿਟੀਜ਼ਨ ਉਹ ਇੱਧਰ ਵੀ ਆ ਜਾਓ ਫਟਾਫਟ ਜਿਹੜੇ ਦੂਜੇ ਨੇ ਬਿਨਾਂ ਅਮਰੀਕਨ ਸਿਟੀਜ਼ਨ ਨੂੰ ਹੌਲੀ ਹੌਲੀ ਜਾਣ ਦੇ ਹੌਲੀ ਹੌਲੀ ਆ ਏਅਰਪੋਰਟਾਂ ਸਾਰਿਆਂ ਨੂੰ ਚਾਹੀਦੇ ਇਹ ਸਿਟੀਜ਼ਨ ਦਾ ਕ੍ਰੈਡਿਟ ਹੈ ਇਹ ਹੁੰਦਾ ਸਿਟੀਜ਼ਨ ਕਿ ਮੇਰੇ ਸਿਟੀਜ਼ਨ ਨੂੰ ਮੈਂ ਕਿਵੇਂ ਡੀਲ ਕਰਨਾ ਦੂਜੇ ਨੂੰ ਕਿਵੇਂ ਡੀਲ ਕਰਨਾ ਤੇ ਉਸੇ ਤਰੀਕੇ ਸਾਡੇ ਤਾਂ ਤੁਸੀਂ ਦੇਖੋ ਸਾਡੇ ਸਿਟੀਜ਼ਨ ਤੇ ਰੰਗਾਂ ਵਰਦੀਆਂ ਨੇ ਕਿਤੇ ਅੰਦਰ ਜਾ ਕੇ ਕਿਤੇ ਦੇਖਦੇ ਮਾਨਸਿਕ ਦਿਵਾਲੀਆਪਨ ਕਹਿ ਲਓ ਕਿ ਜਦੋਂ ਕੋਈ ਬਾਹਰਲਾ ਸਿਟੀਜ਼ਨ ਗੱਲ ਕਰਦਾ ਨਾ ਅਸੀਂ ਉਹਨੂੰ ਜ਼ਿਆਦਾ ਤਵੱਜੋ ਦਿੰਦੇ ਹਾਂ ਉਹ ਤਾਂ ਅਮਰੀਕਾ ਵਾਲੇ ਨੇ ਕਹਿਤਾ ਹੁਣ ਬਹੁਤ ਸਹੀ ਹੈ ਅਸੀਂ ਤਾਂ ਐਵੇਂ ਹੀ ਹੈ ਜਦਕਿ ਅਮਰੀਕਾ ਵਾਲੇ ਇਹ ਕਹਿੰਦੇ ਨੇ ਸਾਡੇ ਨੇ ਕਹਿਤਾ ਫਿਰ ਸਹੀ ਹੈ ਬਾਹਰ ਲਿਆ ਐਵੇਂ ਹੀ ਹੈ ਬੇਭਰੋਸਗੀ ਹੈ ਮੈਂ ਜੇ ਤੁਹਾਨੂੰ ਦੱਸਾਂ ਕਿ ਕੋਈ ਮਤਲਬ ਗੋਰਿਆਂ ਦੀ ਟੋਲੀ ਆਉਂਦੀ ਹੈ ਚੰਡੀਗੜ੍ਹ ਸੈਕਟਰੀਏਟ ਫੋਟੋਆਂ ਖਿੱਚੇ ਕੋਈ ਨਹੀਂ ਰੋਕਦਾ ਤੁਸੀਂ ਜਾ ਕੇ ਦਿਖਾਓ ਫੋਟੋ ਖਿੱਚ ਕੇ ਦਿਖਾਓ ਤੇ ਇਹ ਇੱਕ ਮਾਈਂਡਸੈਟ ਚ ਜਿਹੜੀ ਗੁਲਾਮੀ ਹੁੰਦੀ ਹੈ ਤਾਂ ਹੈ ਜੇ ਸਾਡੇ ਮਾਈਂਡਸੈਟ ਚ ਗੁਲਾਮੀ ਉਹ ਸਾਡੇ ਸਾਹਮਣੇ ਦਿਖਾਈ ਦੇ ਰਹੀ ਹੈ ਕਿ ਤੁਸੀਂ ਕਿਵੇਂ ਕਰਦੇ ਹੋ ਰੰਗ ਨਾਲ ਵੀ ਇੱਜ਼ਤ ਹੁੰਦੀ ਹੈ ਡਿਗਰੀ ਨਾਲ ਵੀ ਇੱਜ਼ਤ ਹੁੰਦੀ ਹੈ ਰੌਲਾ ਕੇਵਲ ਇਹ ਹੈ ਕਿ ਜਿਹੜੇ ਪਿੰਡਾਂ ਦੇ ਮਾਮਲੇ ਨੇ ਇਹ ਡਿਵੈਲਪਮੈਂਟ ਜਿਵੇਂ ਸ਼ਰਮਾ ਜੀ ਨੇ ਕਿਹਾ ਨਾ ਇਹ ਮਾਡਲ ਹੈ ਇਹ ਮਾਡਲ ਪਿੰਡ ਦਾ ਵਿਰੋਧੀ ਹੈ ਇਹ ਅਰਬਨਾਈਜੇਸ਼ਨ ਦਾ ਮਾਡਲ ਵੀ ਹੈ ਪਿੰਡ ਨੂੰ ਉਜਾੜ ਕੇ ਉਹਦੀਆਂ ਜ਼ਮੀਨਾਂ ਲੈ ਕੇ ਤੇ ਉਹਨੂੰ ਸਲਾਮ ਏਰੀਆ ਦੇ ਵਿੱਚ ਭੇਜਣਾ ਇਹ ਉਹ ਮਾਡਲ ਵੀ ਹੈ ਇਸੇ ਕਰਕੇ ਟੋਟਲ ਸੀਵਰੇਜ ਇੱਧਰ ਤੱਕ ਦਿਓ ਜਿਹੜੇ ਅਗਲੇ ਗਾਹ ਨੇ ਸ਼ਹਿਰ ਆਪਣਾ ਬੰਦੋਬਸਤ ਕਿਉਂ ਨਹੀਂ ਕਰਦਾ ਫਿਰ ਆਹ ਸਹੀ ਗੱਲ ਕਿ ਸ਼ਹਿਰ ਆਪਦਾ ਬੰਦੋਬਸਤ ਆਪ ਕਰੇ ਪਿੰਡੂ ਬੰਦੇ ਨੂੰ ਸਮਝਿਆ ਕਿ ਬੈਕਵਰਡ ਹੈ ਇਹਨੂੰ ਕੁਝ ਨਹੀਂ ਆਉਂਦਾ ਇਹਦਾ ਕੋਈ ਦਿਮਾਗ ਨਹੀਂ ਜਦੋਂ ਜਿਹੜਾ ਬੰਦਾ ਨੇਚਰ ਦੇ ਜ਼ਿਆਦਾ ਨੇੜੇ ਹੈ ਤੁਸੀਂ ਉਹਨੂੰ ਵੱਧ ਦਿਮਾਗ ਸਮਝਣ ਲੱਗ ਜਾਓਗੇ ਸਮਝ ਲਓ ਪੁੱਠਾ ਗੇੜਾ ਹੋ ਗਿਆ ਤੁਹਾਡੇ ਦਿਮਾਗ ਦਾ ਜਵਾਲਾ ਨਿਕਲ ਚੁੱਕਿਆ ਹੈ ਚਾਹੇ ਤੁਸੀਂ ਡਿਗਰੀਆਂ ਲੈ ਕੇ ਤੁਰੇ ਫਿਰਦੇ ਹੋ ਪਰ ਤੁਹਾਡੀ ਜੀਵਨ ਜਾਂਚ ਦੇ ਅੰਦਰ ਜਿਹੜੀ ਵਿਜ਼ਡਮ ਹੁੰਦੀ ਹੈ ਉਹ ਜ਼ੀਰੋ ਹੈ ਉਹ ਜ਼ੀਰੋ ਹੈ ਸਿਆਣਪ ਜ਼ੀਰੋ ਹੈ ਡਿਗਰੀ ਹੈਗੀ ਹੈ ਤੁਹਾਡੇ ਕੋਲ ਕਿਸੇ ਨਾ ਕਿਸੇ ਰੂਪ ਚ ਇਹ ਮਾਡਲ ਸਹੀ ਗੱਲ ਮੈਂ ਗੱਲ ਕਰਨ ਲੱਗਾ ਜਿਹੜੀ ਕ੍ਰੋਪ ਪੈਟਰਨ ਹੈ ਨਾ ਉਹ ਰਾਗੀ ਜਵਾਰ ਬਾਜਰਾ ਮੱਕੀ ਇਹ ਸੀਗੀ
ਹੁਣ ਇਹਨਾਂ ਦਾ ਡੇਟਾ ਆ ਵੀ ਤੁਸੀਂ ਇਹ ਕਿਉਂ ਨੀ ਵਰਤਦੇ? ਕਹਿੰਦਾ ਤਾਂ ਸਿਹਤ ਵਾਸਤੇ ਬਹੁਤ ਵਧੀਆ ਨੇ, ਡਾਕਟਰ ਸਾਹਿਬ ਦੱਸ ਦੇਣਗੇ ਤੁਹਾਨੂੰ। ਵੀ ਹੁਣ ਇਹ ਕਹਿ ਰਹੇ ਨੇ ਪੂਰੇ ਵਰਲਡ ਪੱਧਰ ਤੇ ਰੌਲਾ ਪਾਇਆ ਵੀ ਇਹਨਾਂ ਦੀ ਮਿਲਟਸ ਦੀ ਖੇਤੀ ਕਰੋ, ਕਹਿੰਦੇ ਅਸੀਂ ਕੀ ਕਰ ਰਹੇ ਜੀ? ਵੀ ਜਿਹੜਾ ਤੁਸੀਂ ਮਾਡਲ ਲੈ ਕੇ ਆਏ ਹੋ ਤਾਂ ਫੇਲ ਆ ਫਿਰ, ਇਹਦਾ ਮਤਲਬ ਹਰਾ ਇਨਕਲਾਬ ਆ ਗਿਆ ਜਾਂ ਹੋਰ ਚੀਜ਼ਾਂ ਆ ਗਈਆਂ। ਇੱਕ ਤਾਂ ਨਾ ਆਪਾਂ ਨੂੰ ਸਮਝਣਾ ਕਿ ਵੀ ਠੀਕ ਹੈ ਕਮਿਊਨਿਟੀ ਦਾ ਰੋਲ ਹੈ, ਸੋਸਾਇਟੀ ਦਾ ਰੋਲ ਹੈਗਾ, ਆਪਾਂ ਸਭ ਫੇਲ ਹੋਏ ਹਾਂ ਉਹਦੇ 'ਚ ਮੰਨ ਲਈਏ। ਪਰ ਦੂਸਰਾ ਇੱਕ ਜਿਹੜੀ ਸਾਡੀ ਪੜ੍ਹਾਈ ਹੈ, ਐਜੂਕੇਸ਼ਨ, ਆਪਾਂ ਉਹਨੂੰ ਵੀ ਥੋੜ੍ਹਾ ਸਮਝਣ ਦਾ ਪ੍ਰਯਾਸ ਕਰੀਏ ਸਰ। ਉਹ ਮੈਂ ਤਾਂ ਕਹਿ ਰਿਹਾ ਕਿਉਂਕਿ ਆਪਾਂ ਜਦ ਵੀ ਗੱਲ ਕਰਦੇ ਹਾਂ ਕਿ ਇਕਨੋਮਿਕ ਗਰੋਥ ਹੋਏ ਦੇਸ਼ ਦੀ, ਤਾਂ ਇੰਡੀਕੇਟਰ ਕੀ ਹੈ? GDP ਹੈ। GDP ਸਾਰੇ ਜਿੰਨੇ ਵੀ ਕੰਟਰੀਜ਼ ਹੈਗੇ ਸਭ ਦੀ ਦੌੜ ਲੱਗੀ ਹੋਈ ਹੈ ਕਿ ਸਾਡੀ GDP ਉੱਚੀ ਹੋਣੀ ਚਾਹੀਦੀ ਹੈ, ਹਾਇਰ ਰੇਸ ਹੋਏ, ਹੈ ਨਾ ਜੀ। ਇਹ ਆਪਣਾ ਤੁਸੀਂ ਦਰਿਆ ਦੀ ਗੱਲ ਕਰ ਰਹੇ ਹੋ ਸਰ। ਜੇ ਦਰਿਆ ਸਾਫ਼ ਬਹੇ ਤਾਂ GDP ਨਹੀਂ ਵੱਧਦੀ, ਜੇ ਦਰਿਆ ਗੰਦਾ ਹੋ ਜਾਏ ਤਾਂ GDP ਇੱਕ ਨਹੀਂ, ਦੋ ਨਹੀਂ, ਤਿੰਨ ਵਾਰ ਵੱਧ ਜਾਂਦਾ। ਸਰ ਉਹ ਇਸ ਤਰ੍ਹਾਂ ਹੈ ਕਿ ਜਦ ਨਦੀ ਸਾਫ਼ ਬਹਿੰਦੀ ਹੈ ਨਾ, ਫਿਰ ਤੁਸੀਂ ਉਹਦੇ ਆਸ ਪਾਸ ਇੰਡਸਟਰੀ ਲਗਾਈ ਜਿਹੜਾ ਗੰਦ ਸਿੱਟਦੀ ਹੈ ਨਦੀ ਵਿੱਚ, ਆਹ ਤੁਹਾਡੇ ਸਾਹਮਣੇ ਹੀ ਹੈ, ਉਹ ਤੁਸੀਂ ਜਿਹੜਾ ਗੰਦ ਸਿੱਟਿਆ ਉਹ GDP ਵੱਧ ਗਈ ਕਿਉਂਕਿ ਉਹ ਇੰਡਸਟਰੀ ਗਰੋ ਕਰ ਰਹੀ ਹੈ। ਫਿਰ ਤੁਸੀਂ ਉਹਦੇ ਵਿੱਚ ਗੰਦ ਫਲੋ ਕਰਦਾ ਹੈਗਾ, ਜਿਹੜਾ ਪਾਣੀ ਹੈਗਾ ਤੁਸੀਂ ਵੀ ਪੀਂਦੇ ਹੋ, ਮੈਂ ਵੀ ਪੀਂਦਾ ਹੈਗਾ, ਪਾਣੀ ਪੀਓਗੇ ਤੁਸੀਂ। ਸਭ ਪਹਿਲੇ ਕਹਿ ਰਹੇ ਸੀਗੇ ਕਿ ਬਈ ਇੰਨਾ ਨੁਕਸਾਨ ਹੁੰਦਾ ਹੈ ਸਿਹਤ ਦਾ, ਉਹ ਸਿਹਤ ਦਾ ਸਾਰਾ ਪ੍ਰੋਸੈਸ ਦੇਖ ਲਿਓ। ਤੁਸੀਂ ਡਾਕਟਰ ਕੋਲ ਗਏ, ਬਿਮਾਰ ਹੋ ਗਏ, ਤੁਸੀਂ ਡਾਕਟਰ ਨੂੰ ਫੀਸ ਦਿੱਤੀ, ਉਹਨੇ ਫੀਸ ਲਈ ਲੀਗਲੀ, ਅਗਰ ਤੁਸੀਂ ਦੇਖਿਆ ਹੋ ਜਾਏ ਤਾਂ ਇਹਦਾ ਮਤਲਬ GDP ਫਿਰ ਵੱਧ ਗਈ। ਫਿਰ ਤੁਸੀਂ 800 ਕਰੋੜ ਦਾ, 900 ਕਰੋੜ ਦਾ, ਕਦੀ 500 ਕਰੋੜ ਦਾ ਪ੍ਰੋਜੈਕਟ ਲੈ ਕੇ ਆਏ ਨੂੰ ਸਾਫ਼ ਕਰਨ ਵਾਸਤੇ, ਉਹ GDP ਫਿਰ ਵੱਧ ਗਈ। ਤਿੰਨ ਵਾਰ GDP ਵੱਧ ਜਾਂਦੀ ਹੈ ਤਾਂ ਕਿਹਨੂੰ ਪ੍ਰੋਬਲਮ ਹੈ ਸਰ? ਕਿਹਨੂੰ ਪ੍ਰੋਬਲਮ ਹੈ? ਕਿਉਂ ਰੋਕਣ ਕੇ ਉਹ ਸਰਕਾਰਾਂ ਦਾ ਕੀ ਇਸ਼ਾਰਾ ਹੈ, ਕੀ ਇਰਾਦਾ ਹੈ ਕਿ ਬਈ ਇਹਨੂੰ ਬੰਦ ਕੀਤਾ ਜਾਏ? ਉਹਨਾਂ ਤੋਂ ਫਾਇਦਾ ਹੋ ਰਿਹਾ। ਫਿਰ ਇੱਕ ਹੋਰ ਦੇਖੋ, ਜਦ ਆਪਾਂ ਇਹ ਸਾਰਾ ਬਿਮਾਰ ਦਾ ਹੋ ਕੇ ਦੇਖਦੇ ਹੈਗੇ ਤਾਂ ਜਦ ਹੈਲਥ ਜਿਹੜੀ ਹੈਗੀ ਸਾਡੀ, ਮੈਡੀਸਨ, ਦਵਾਈਆਂ ਖਾਣਾ, ਜਿੰਨੀ ਦਵਾਈਆਂ ਜ਼ਿਆਦਾ ਵਿਕਦੀਆਂ ਉਨੀ GDP ਵੱਧ ਜਾਂਦੀ ਹੈ। ਸੋ ਤੁਸੀਂ ਜਿੰਨੇ ਬਿਮਾਰ ਹੋਗੇ, ਜਿੰਨੇ ਤੁਹਾਡੀ ਸਿਹਤ ਦੇ ਪ੍ਰੋਬਲਮ ਹੈਗੇ, ਉਹ ਤਾਂ ਇਕਨੋਮਿਕ ਗਰੋਥ ਤਾਂ ਹੋ ਗਈ। ਸੋ ਆਈ ਥਿੰਕ ਵੀ ਨੀਡ ਟੂ ਅੰਡਰਸਟੈਂਡ ਕਿ ਇਹ ਜਿਹੜਾ ਬੜਾ ਇੱਕ ਜਿਹੜਾ ਡਿਜ਼ਾਈਨ ਹੈ, ਜਦ ਤੱਕ ਆਪਾਂ ਉਹਨੂੰ ਸਮਝ ਕੇ ਨਹੀਂ ਚੱਲਾਂਗੇ ਨਾ, ਸਾਨੂੰ ਇਹ ਸਮਝ ਨਹੀਂ ਆਏਗਾ ਕਿ ਨਾਲਾ ਬੰਦ ਕਰਨ 'ਚ ਕਿਹਦਾ ਇੰਟਰਸਟ ਕਿਉਂ ਨਹੀਂ ਹੈਗਾ। ਮਾਇੰਡ ਸੈਟ ਬਣਾਤਾ ਗਿਆ ਹੈਗਾ ਕਿ ਇਹ ਗਰੋਥ ਹੋ ਰਹੀ ਹੈ, ਇਕਨੋਮਿਕ ਗਰੋਥ, ਇਹ ਤਾਂ ਜੀ ਸਾਨੂੰ ਸਹਿਣਾ ਹੀ ਪਏਗਾ, ਯੂ ਨੋ ਵੀ ਹੈਵ ਟੂ ਲਿਵ ਵਿਦ ਇਟ। ਇਹ ਮਤਲਬ ਆਰਗੂਮੈਂਟ ਹੁੰਦੀ ਹੈ, ਇਹ ਜਿਹੜਾ ਗੰਦਾ ਨਾਲਾ ਜਾ ਰਿਹਾ ਹੈਗਾ, ਇਹ ਤੁਹਾਨੂੰ ਯੂ ਹੈਵ ਟੂ ਲਿਵ ਵਿਦ ਇਟ। ਅਸੀਂ ਮਿਲੇ ਜਿਹੜੇ ਮਿਨਿਸਟਰਸ ਨੂੰ, ਪਤਾ ਕੀ ਕਹਿ ਰਹੇ ਨੇ? ਇੰਡਸਟਰੀ ਕਿਵੇਂ ਬੰਦ ਕਰ ਦਈਏ? ਇਹ ਡਾਈਂਗ ਇੰਡਸਟਰੀ ਜਿਹੜੀ ਦੁਨੀਆ 'ਚ ਬੰਦ ਹੋ ਰਹੀ ਹੈ, ਦੇਸ਼ 'ਚ ਬੰਦ ਹੋ ਰਹੀ ਹੈ ਰੰਗਣ ਵਾਲੀ, ਉਹ ਇੰਡਸਟਰੀ ਸਾਡੀਆਂ ਸਟੇਟਾਂ ਜਿਵੇਂ ਤਾਮਿਲਨਾਡੂ ਵਗੈਰਾ ਬੰਦ ਕਰਤੀ ਹੈ, ਸਾਡੇ ਇੱਥੇ ਵੱਧਦੀ ਜਾਂਦੀ। ਕੋਈ ਕੋਈ CTP ਲਾ ਲਓ, ਕੋਈ STP ਲਾ ਲਓ, ਕਲੀਨ ਹੁੰਦਾ ਹੀ ਨਹੀਂ ਕੈਮੀਕਲ। ਔਰ ਸਾਡੇ ਜਿਹੜੇ ਇੱਥੋਂ ਦੇ ਇੱਕ ਹੁਣ ਨਵੇਂ ਨਵੇਂ ਮੈਂਬਰ ਪਾਰਲੀਮੈਂਟ ਗਏ ਨੇ, ਪਾਰਲੀਮੈਂਟ 'ਚ ਖੜੇ ਹੋ ਕੇ ਬੋਲ ਰਹੇ ਨੇ, ਸਾਡੀਆਂ ਡਾਈਂਗ ਯੂਨਿਟ ਬੰਦ ਹੋ ਰਹੀਆਂ ਨੇ, ਇਹ ਬਹੁਤ ਦੁੱਖ ਦੀ ਗੱਲ ਹੈ। ਉਹ ਬੰਦਿਆ ਰੱਬ ਦੀ, ਅਸੀਂ ਰੌਲਾ ਪਾਈ ਜਾਂਦੇ ਇਹਨੂੰ ਬੰਦ ਕਰ। ਕੀ ਦੁਨੀਆ 'ਚ ਫੈਕਟਰੀਆਂ ਹੈ ਨੀ ਗੀਆਂ? ਦੁਨੀਆ 'ਚ ਫੈਕਟਰੀਆਂ ਹੈ, ਜਿਵੇਂ ਤੁਸੀਂ ਗੱਲ ਕੀਤੀ ਸੀ ਉਹ ਬਾਹਰਲੇ ਦੇਸ਼ਾਂ ਦੀ, ਦੁਨੀਆ 'ਚ ਫੈਕਟਰੀਆਂ, ਪਰ ਉਹਨਾਂ ਦੇ STP ਲੱਗੇ ਨੇ, CTP ਲੱਗੇ ਨੇ, ਔਰ ਉਹ ਪਾਣੀ ਆ ਜਿਹੜਾ ਸ਼ੁੱਧ ਕਰਕੇ ਉਹ ਵੀ ਉਹ ਦਰਿਆ 'ਚ ਨਹੀਂ ਪਾਉਂਦੇ ਜਾਂ ਕੰਸਟਰਕਸ਼ਨ ਲਈ ਯੂਜ਼ ਕਰਦੇ ਨੇ, ਸਾਡੇ ਨਹੀਂ ਹੋ ਸਕਦਾ। ਅਮਰੀਕਾ ਵਿੱਚ PET ਬੋਟਲ, ਜਿਹਦੇ ਵਿੱਚ ਆਪਾਂ ਕੋਕਾ ਕੋਲਾ ਜਾਂ ਪੈਪਸੀ ਕੋਲਾ ਜੋ ਵੀ ਆਉਂਦਾ ਹੈਗਾ, ਹਾਂਜੀ, ਉਹ ਉਹਨਾਂ ਨੂੰ ਉੱਥੇ ਰੀਸਾਈਕਲ ਨਹੀਂ ਕਰ ਸਕਦੇ। ਉੱਥੇ ਦੀ ਜਿਹੜੀ ਇਨਵਾਇਰਮੈਂਟ ਲਾਜ਼ ਹੈ ਉਹਦੇ ਵਿੱਚ ਰੀਸਾਈਕਲ ਨਹੀਂ ਕਰ ਸਕਦੇ, ਬਿਲਕੁਲ ਨਹੀਂ ਕਰ ਸਕਦੇ। ਉਹ ਕੀ ਕਰਦੇ ਸੀਗੇ ਕਿ ਉਹਨਾਂ ਨੇ ਉਸ ਜਹਾਜ਼ 'ਚ ਭਰ ਦੇਣਾ, ਜਹਾਜ਼ ਆ ਕੇ ਚੇਨਈ ਆ ਗਿਆ, ਚੇਨਈ 'ਚ ਡੌਕ ਕੀਤਾ, ਇੱਥੇ ਰੀਸਾਈਕਲ ਹੋ ਗਈਆਂ,
ਫਿਰ ਵਾਪਿਸ ਜਾ ਕੇ ਉੱਥੇ ਵਿਕਦਾ। ਜਦ ਅਸੀਂ ਪਹਿਲੀ ਵਾਰੀ ਉਠਾਇਆ ਸਵਾਲ ਤਾਂ ਕੀ ਕਹਿੰਦੇ ਆ ਆਪਣੀ ਸਰਕਾਰ, ਕੀ ਕਹਿੰਦੀ ਹੈ, ਸਰ ਸਾਡੇ ਤਾਂ ਇੰਪਲੋਇਮੈਂਟ ਜਨਰੇਟ ਹੁੰਦੀ ਹੈ, ਇਹ ਜੀ ਇੰਪਲੋਇਮੈਂਟ ਅਸੀਂ ਕੀ ਕਰਨੀ ਹੈਗੀ ਜਿਹੜੇ ਜਿਹਨੂੰ ਅਸੀਂ ਇਸ ਤਰ੍ਹਾਂ ਦਾ ਮਾਨਸਿਕਤਾ ਦੇ ਡਿਵੈਲਪਮੈਂਟ ਦੇ ਅਸੀਂ ਇੱਕ ਤਰ੍ਹਾਂ ਦਾ ਪੇ ਕਰ ਰਹੇ ਹੈਗੇ, ਕੋਸਟ ਅਸੀਂ ਪੇ ਕਰਦੇ ਹੈਗੇ, ਵਿਕਾਸ ਉਹਨਾਂ ਦਾ ਹੁੰਦਾ ਹੈ, ਸਾਰੇ ਬਹਾਨਾ ਹੈ ਨਾ, ਇਹ ਤਾਂ ਬਹਾਨਾ ਹੈ ਨਾ। ਸ਼ਰਮ ਬਹਾਨਾ, ਪੰਜਾਬ ਦੇ ਵਿੱਚ 4 ਥਰਮਲ ਪਲਾਂਟ ਕੀਤੇ ਗਏ ਸਾਰੇ ਉਸ ਏਰੀਆ ਚ, ਬਠਿੰਡੇ ਥਰਮਲ ਦੀ ਧੂਰੇ ਲੋਕਾਂ ਦੇ ਹਿੱਸਿਆਂ ਚੋਂ ਨਹੀਂ ਨਿਕਲ ਰਹੀ, ਲਹਿਰਾ ਮੁਹੱਬਤ ਪਹਿਲਾਂ ਸੀਗਾ ਤੇ ਤਲਵੰਡੀ ਸਾਬੋ ਹੋ ਗਿਆ ਤੇ ਸੰਗਤਪੁਰੇ ਦਾ ਹਜੇ ਉਵੇਂ ਪਿਆ, 850 ਏਕੜ ਜ਼ਮੀਨ ਲਈ ਹੋਈ ਸੀ, ਈਵਨ ਗਿੱਦੜ ਵਾਹੇ ਵੀ 5 ਥਰਮਲ। ਉਦੋਂ ਚੀਫ ਮਿਨਿਸਟਰ ਨੂੰ ਇੱਕ ਸਵਾਲ ਹੋਇਆ ਸੈਕਟਰੀਏਟ ਦੇ ਵਿੱਚ ਕਿ ਥਰਮਲ ਕਲਚਰ ਜਿਹੜਾ ਕੋਲਾ ਇੰਨਾ ਇਹ ਕੀ ਕਰੂਗਾ ਪੰਜਾਬ ਦੇ ਇਨਵਾਇਰਮੈਂਟ ਦੀ, ਤਾਂ ਚੀਫ ਮਿਨਿਸਟਰ ਦਾ ਜਵਾਬ ਸੀ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀ ਜਿਹਨਾਂ ਨੇ ਬਿਜਲੀ ਸਰਪਲਸ ਕੀਤੀ, ਉਹ ਕਹਿੰਦੇ ਤੁਸੀਂ ਟਿਕਣੇ ਨੀ ਦਿੰਦੇ, ਹੁਣ ਅਸੀਂ ਬਿਜਲੀ ਪੂਰੀ ਕਰਦੇ ਹਾਂ, ਤੁਸੀਂ ਕਹਿੰਦੇ ਉਧਰ ਆਹ ਨਵਾਂ ਪੰਗਾ। ਤੇ ਮੈਂ ਇੱਕ ਸਵਾਲ ਕੀਤਾ, ਮੈਂ ਕਿਹਾ ਜੀ ਚੀਫ ਮਿਨਿਸਟਰ ਸਾਹਿਬ ਇੱਕ ਗੱਲ ਦੱਸੋ, ਏਸੀ ਕਮਰੇ ਦੇ ਵਿੱਚ ਚੰਗੇ ਚ ਪਿਆ ਇੱਕ ਬਿਮਾਰ ਬੰਦਾ ਸਾਨੂੰ ਚਾਹੀਦਾ, ਜਾਂ ਬਿਨਾਂ ਬਿਜਲੀ ਤੋਂ ਤੰਦਰੁਸਤ ਬੰਦਾ ਥੋੜਾ ਜਿਹਾ ਗਰਮੀ ਚ ਵੀ ਪਿਆ ਹੋਵੇ ਉਹ ਚਾਹੀਦਾ, ਤੁਹਾਡਾ ਮੋਟਿਵ ਕੀ ਹੈ? ਕੀ ਜਵਾਬ ਦਿੱਤਾ ਦੋਨਾਂ ਚੋਂ ਦੱਸੋ? ਕੋਈ ਜਵਾਬ ਨੀ, ਤੁਹਾਡਾ ਜ਼ਿੰਦਗੀ ਦਾ ਮਕਸਦ ਤਾਂ ਦੇਖ ਲਓ ਕੀ ਹੈ, ਅਸਲ ਗੱਲ ਦਾ ਕੋਈ ਜਵਾਬ ਨਹੀਂ, ਚੀਜ਼ਾਂ ਨਿਕਲਣੀਆਂ ਨੇ, ਪੂਰੀ ਤਸਵੀਰ ਨਹੀਂ ਦੇਖਦੇ। ਮਤਲਬ ਹੁਣ ਇੱਥੇ ਜਿਹੜੇ ਲੱਗੇ ਆ ਸੀਵਰੇਜ ਟ੍ਰੀਟਮੈਂਟ ਪਲਾਂਟ ਲੱਗਿਆ, ਹੁਣ ਦਿੱਕਤ ਇਹ ਆ ਕਿ ਇੱਥੇ ਸੀਵਰੇਜ ਦੇ ਵਿੱਚ ਕੱਲਾ ਸੀਵਰੇਜ ਥੋੜੀ ਆ, ਉਹਦੇ ਚ ਕੈਮੀਕਲ ਵੀ ਆ, ਉਹ ਮਤਲਬ ਸੀਵਰੇਜ ਨੀ ਟ੍ਰੀਟ ਕਰ, ਸੀਵਰੇਜ ਟ੍ਰੀਟ ਕਰਨ ਦੇ ਲਈ ਉਹਦੀ ਕਪੈਸਿਟੀ ਹੈਗੀ, ਉਹਦੀ ਕੈਮੀਕਲ ਟ੍ਰੀਟ ਕਰਨ ਦੀ ਕਪੈਸਿਟੀ ਥੋੜੀ ਹੈਗੀ ਆ। ਸੋ ਉਹ ਜਦੋਂ ਸਾਰਾ ਬਣਾਇਆ ਜਾਂਦਾ ਆ, ਪਲਾਨ ਬਣਦੇ ਆ, ਸਭ ਕੁਛ ਹੁੰਦਾ, ਉਹਦੇ ਵਿੱਚ ਇੰਬੈਡਡ ਫਲੋਸ ਪਏ ਹੋਏ ਆ। ਤੁਹਾਨੂੰ ਕੀ ਲੱਗਦਾ ਕਮਲ ਜੀ, ਤੁਸੀਂ ਸਰੋਤੇ ਵਾਲੇ ਬਣ ਗਏ ਹੋ, ਅਸੀਂ ਤੁਹਾਨੂੰ ਪੁੱਛਦੇ ਆ, ਜੋ ਪੰਜਾਬ ਦੀ ਤਸਵੀਰ ਇਮੈਜੀਨੇਸ਼ਨ ਕਰਦੇ ਆ ਕਿ ਪੰਜਾਬ ਜਦੋਂ ਆਪਾਂ ਸੋਚਦੇ ਹਾਂ ਨਾ ਹਰਾ ਭਰਾ, ਬੰਬੇ ਚ ਅਸੀਂ ਹੁੰਦੇ ਸੀ ਅਮੀਰ ਜੀ ਜਸਕੀਰਤ ਜੀ, ਉੱਥੇ ਨਾ ਇੱਕੋ ਗੱਲ ਹੁੰਦੀ ਸੀ, ਕੋਈ ਲੰਬਾ ਤਾਜ਼ਾ ਵੱਡਾ ਚੌੜਾ ਮੁੰਡਾ ਤੁਰਿਆ ਆਉਂਦਾ ਹੁੰਦਾ ਸੀ ਨਾ ਕਿ ਸੀ ਇਹ ਪੰਜਾਬ ਦਾ ਹੋਊਗਾ, ਔਰ ਇਹ ਹੈ ਵੀ, ਇਹ ਸੱਚ ਵੀ ਸੀ। ਸਾਡੇ ਪੁਰਾਣੇ ਹੀਰੋ ਧਰਮਿੰਦਰ, ਰਾਜੇਸ਼ ਖੰਨਾ, ਦੇਵਾਨੰਦ, ਦਲੀਪ ਕੁਮਾਰ, ਰਾਜਕੂਤ, ਗਿਣ ਕੇ ਵੇਖੋ ਸਾਰੇ ਹੀ ਪੰਜਾਬੀ ਸੀ। ਔਰ ਅੱਜ ਕੋਈ ਹਿੰਦੀ ਫਿਲਮ ਇੰਡਸਟਰੀ ਚ ਦੀਦਾ ਸਾਡਾ ਹੀਰੋ, ਆਈ ਐਮ ਸੋਰੀ ਟੂ ਸੇ, ਸਾਡੇ ਪੰਜਾਬੀ ਫਿਲਮ ਦੇ ਹੀਰੋ ਵੀ 5'7" ਵਾਲੇ ਆ, ਜਦਕਿ ਭੋਜਪੁਰੀ ਵਾਲੇ 6'2" ਦੇ ਆ। ਇਹ ਸਾਡੀ ਟ੍ਰੈਜਡੀ ਹੈ, ਅਸੀਂ ਪੰਜਾਬ ਨੂੰ ਕਿੱਧਰ ਨੂੰ ਲੈ ਕੇ ਤੁਰ ਗਏ ਹਾਂ, ਜਿਹੜਾ ਤੁਸੀਂ ਗਾਣਿਆਂ 'ਚ ਵਿਖਾਉਂਦੇ ਹੋ, ਤੁਹਾਨੂੰ ਕਿਤੇ ਐਂ, ਤਾਂ ਹੀ ਤੁਸੀਂ ਸਾਡੇ ਨਾਲ ਬੈਠੇ ਹੋ ਅੱਜ ਇਸ ਜਗ੍ਹਾ 'ਤੇ ਆ ਕੇ। ਇਹਨਾਂ ਦੀ ਰਿਕਾਰਡਿੰਗ ਸੀ, ਮਜੀਸ਼ੀਅਨ ਬੁਲਾਏ ਹੋਏ ਸੀ, ਉਹਨਾਂ ਨੂੰ ਛੱਡ ਕੇ ਭੱਜ ਕੇ ਆਏ ਆ ਇੱਥੇ, ਸਿਰਫ ਇਸ ਕਰਕੇ ਕਿ ਇਹ ਦਰਦ ਹੈ ਇਹਨਾਂ ਦੇ, ਜਿਹੜਾ ਆਪਾਂ ਕਿਸਾਨੀ ਅੰਦੋਲਨ ਵੇਲੇ ਹੀ ਵੇਖਿਆ। ਇਹਦਾ ਤੁਹਾਨੂੰ ਕੀ ਲੱਗਦਾ ਹੈ, ਇਹ ਉਹ ਪੰਜਾਬ ਹੈ ਜਿਹਦੇ 'ਤੇ ਸਾਨੂੰ ਫਖਰ ਹੈ, ਇਹ ਉਹ ਪਾਣੀ ਹੈ ਜਿਹਦੇ 'ਤੇ ਅਸੀਂ ਕਹਿੰਦੇ ਸਾਡੇ ਕੋਲ ਪਾਣੀ ਹੈ? ਪਹਿਲੀ ਗੱਲ ਤਾਂ ਬਾਈ ਆਏ ਸੀ, ਮੇਰਾ ਨਾਂ ਬੋਲਣਾ ਮੈਨੂੰ ਵਾਜਬ ਲੱਗਦਾ ਸੀ, ਕਿਉਂਕਿ ਸਾਰੇ ਤੁਸੀਂ ਬਹੁਤ ਜਾਣਕਾਰ ਹੋ ਅਤੇ ਤੁਹਾਡੀ ਯਾਤਰਾ ਸਾਰਿਆਂ ਦੀ ਬਹੁਤ ਲੰਬੀ ਹੈ, ਅਤੇ ਮੈਂ ਤੁਹਾਡੇ ਤੋਂ ਛੋਟਾ, ਸਾਰਿਆਂ ਤੋਂ ਐਕਸਪੀਰੀਅੰਸ ਵੀ ਨਹੀਂ ਮੈਨੂੰ ਇੰਨਾ, ਇੰਨਾ ਜ਼ਰੂਰ ਲੱਗਦਾ ਜਾ ਕੇ ਇੱਥੇ, ਕਿਉਂਕਿ ਜਦੋਂ ਇੱਦਾਂ ਨੇੜੇ ਖੜ ਕੇ ਇਸ ਦਰਿਆ ਨੂੰ ਦੇਖਿਆ, ਪਾਣੀ ਦਾ ਰੰਗ ਦੇਖਿਆ, ਮੈਂ ਬਾਈ ਨੂੰ ਪੁੱਛ ਰਿਹਾ ਸੀ ਮੈਂ ਆਹ ਜਿਹੜਾ ਵਿੱਚ, ਮੈਂ ਕਿਹਾ ਬੁਲਬਲੇ ਬਣੀ ਜਾਂਦੇ ਆ ਕੀ ਹੈ? ਗੈਸਿਸ ਆ। ਤਾਂ ਬਾਈ ਕਹਿੰਦਾ ਇਹ ਗੈਸਾਂ ਨੇ, ਕੈਮੀਕਲ ਹੈ ਸਾਰਾ, ਅਤੇ ਉਹਦੇ ਕਰਕੇ ਕਹਿੰਦਾ ਪਾਣੀ 'ਚ ਬੁਲਬਲੇ ਆ, ਪਾਣੀ ਭਾਰਾ ਹੋਇਆ ਪਿਆ। ਔਰ ਉਹ ਜਦੋਂ ਮੈਂ ਦੇਖਿਆ ਕਿ ਉਹ ਸਤਲੁਜ ਦਰਿਆ ਇਹਨੂੰ ਆਪਣੇ 'ਚ ਆਉਣ ਦੀ ਆਗਿਆ ਨਹੀਂ ਦੇ ਰਿਹਾ, ਤਾਂ ਮੈਨੂੰ ਅੱਜ ਬਹੁਤ, ਜਾਣੀ ਮੈਂ ਛੇਤੀ ਛੇਤੀ ਉਦਾਸ ਨਹੀਂ ਹੋਇਆ ਕਦੇ ਜ਼ਿੰਦਗੀ, ਅੱਜ ਮੈਨੂੰ ਜ਼ਰੂਰ ਅੰਦਰ ਐਂ ਜਿਹਾ ਲੱਗੀ ਜਾਂਦਾ ਕਿ ਯਾਰ ਮੇਰੇ, ਆਪਾਂ ਮੇਰੇ ਖਿਆਲ 'ਚ ਘੰਟੇ 'ਤੇ ਬੈਠੇ ਹੋਵਾਂਗੇ, ਘੰਟਾ ਡੇਢ ਘੰਟਾ ਹੋ ਗਿਆ। ਗ੍ਰੈਮਰ ਤਾਂ ਸਾਰੀ ਤੁਹਾਨੂੰ ਜ਼ਿਆਦਾ ਪਤਾ ਹੈ, ਇੱਕ ਭਾਵ ਦੀ ਗੱਲ ਜਿਹੜੀ ਮੇਰੇ ਅੰਦਰ ਚੱਲ ਰਹੀ ਸੀ, ਮੈਂ ਕਿਹਾ ਯਾਰ ਜਿਹੜੇ ਉਹ ਭੈਣ ਭਰਾ ਸਾਡੇ ਆਪਣੇ ਹੀ ਆ ਉਦਯੋਗਪਤੀ ਜਿਹੜੇ, ਉਹ ਕਿਹੜਾ ਕੋਈ ਬਾਹਰੋਂ ਆਏ ਆ,
ਜਿਨ੍ਹਾਂ ਦੀਆਂ ਫੈਕਟਰੀਆਂ ਇੱਥੇ ਹੈਗੀਆਂ, ਕਿ ਉਹਨਾਂ ਦੇ ਘਰ ਕਦੇ ਟੇਬਲ 'ਤੇ ਗੱਲ ਨਹੀਂ ਚੱਲਦੀ? ਅਸੀਂ ਇੱਥੇ ਇੱਕ ਬੰਦੇ ਦਾ ਕਤਲ ਕਰ ਦਈਏ ਤਾਂ ਜੱਗ 'ਚ ਚਰਚਾ ਹੁੰਦੀ ਹੈ ਕਿ ਯਾਰ ਫਲਾਨੇ ਨੇ ਫਲਾਨਾ ਮਾਰਤਾ, ਅਤੇ ਇਸ ਪਾਣੀ ਦੇ ਥਰੂ ਤਾਂ ਕਿੰਨੇ ਹੀ ਮਰ ਗਏ ਜੀ, ਸਮੂਹਿਕ ਕਤਲ ਕਿੰਨੇ ਹੀ ਮਰ ਗਏ। ਅਤੇ ਮੈਂ ਤਾਂ ਉਹਨਾਂ ਭੈਣ ਭਰਾਵਾਂ ਨੂੰ ਆਪਣੇ ਸਮਝ ਕੇ ਔਰ ਬਹੁਤ ਨੀਵਾਂ ਹੋ ਕੇ ਬੇਨਤੀ ਕਰਨੀ ਚਾਹੁੰਦਾ ਅੱਜ ਦੇ ਇਸ ਪੋਡਕਾਸਟ 'ਚੋਂ ਕਿ ਜ਼ਰੂਰ ਆਪਾਂ ਰੱਬ ਦੇ ਬੰਦੇ ਹਾਂ ਅਤੇ ਰੱਬ ਨੂੰ ਜਾਨ ਦੇਣੀ ਹੈ, ਅਤੇ ਬਾਕੀ ਤਾਂ ਚਲੋ ਸਰਕਾਰਾਂ ਸਮਾਜ ਮੈਂ ਗੱਲਾਂ 'ਚੋਂ ਇਹੀ ਦੇਖਿਆ ਕਿ ਤਾੜੀ ਦੋਵੇਂ ਹੱਥਾਂ ਨਾਲ ਵੱਜੀ ਹੈ, ਇੱਕ ਨਾਲ ਨਹੀਂ ਵੱਜੀ। ਪਰ ਮੈਨੂੰ ਲੱਗਦਾ ਕਿ ਅੱਜ ਦੇ ਇਸ ਸੁਨੇਹੇ 'ਚੋਂ ਜੇ ਉਹ ਭਰਾ ਸੁਣਦੇ ਆ, ਉਹ ਪਰਿਵਾਰ ਸੁਣਦੇ ਆ, ਉਹਨਾਂ ਦੇ ਧੀਆਂ ਪੁੱਤ ਨੋਹਾਂ ਉਹਨਾਂ ਦੀਆਂ ਪੋਤੇ ਪੋਤੀਆਂ ਜੇ ਟੇਬਲ 'ਤੇ ਬਹਿ ਕੇ ਉਹਨਾਂ ਫੈਕਟਰੀ ਵਾਲਿਆਂ ਦੀ ਨਾਲ ਖਾਣਾ ਖਾ ਰਹੇ ਆ, ਤਾਂ ਯਾਰ ਜ਼ਰੂਰ ਤੁਸੀਂ ਉਹਨਾਂ ਦੇ ਚਿਹਰੇ ਵੱਲ ਦੇਖਿਓ ਕਿ ਤੁਹਾਡੇ ਵਰਗੇ ਹੀ ਧੀਆਂ ਪੁੱਤ ਪੋਤੇ ਪੋਤੀਆਂ ਇੱਥੇ ਆ ਦਰਿਆ ਦੇ ਨਾਲ ਨਾਲ ਵਾਲੇ ਪਿੰਡਾਂ 'ਚ ਵੀ ਹੈ, ਹੋਰ ਬਹੁਤ ਸਾਰੇ ਦਰਿਆ ਜਿਹੜੇ ਇਸ ਤਰ੍ਹਾਂ ਦੇ ਅਸੀਂ ਗੰਦੇ ਕਰਨ 'ਤੇ ਲੱਗੇ ਹੋਏ ਹਾਂ। ਪੈਸਾ ਨਾਲ ਨਹੀਂ ਜਾਣਾ ਬਾਈ, ਹੈ ਨਾ, ਉਹ ਤਾਂ ਗਵਈਏ ਗਾਉਂਦੇ ਫਿਰਦੇ ਆ, ਮੈਂ ਉਹਦੀਆਂ ਗੱਠੜੀਆਂ ਬੰਨ ਬੈਠਾ ਜਿਹੜਾ ਨਾਲ ਨਹੀਂ, ਇਹ ਨਾਲ ਨਹੀਂ ਜਾਣਾ ਬਾਈ। ਅਤੇ ਜ਼ਰੂਰ ਇਸ ਗੱਲ 'ਤੇ ਚਰਚਾ ਕਰਿਓ ਆਪਦੇ ਘਰਾਂ 'ਚ, ਬਾਕੀ ਸਾਰੀਆਂ ਗੱਲਾਂ ਸੈਕੰਡਰੀ ਹੈ। ਭਾਵ ਮਿਲਣਾ ਦਾ ਸਿਖਰ ਸਿਰ ਚੜ੍ਹ ਕੇ ਬੋਲਦਾ ਹੁੰਦਾ ਹਮੇਸ਼ਾ ਹੀ, ਗੱਲ ਉਹੀ ਅਸਰ ਕਰਦੀ ਹੈ ਜਿਹਦੇ 'ਚ ਭਾਵ ਹੋਵੇ। ਤਾਂ ਤੁਸੀਂ ਕਮਾਲ ਦੀ ਗੱਲ ਵੇਖਿਓ ਜੇ, ਹੁਣੇ ਹਮੀਰ ਜੀ ਨੇ ਜ਼ਿਕਰ ਕੀਤਾ ਪ੍ਰਕਾਸ਼ ਸਿੰਘ ਬਾਦਲ ਹੁਰਾਂ ਨੂੰ ਬੋਤਲ ਦਿੱਤੀ ਗਈ ਅਤੇ ਉਹਨਾਂ ਨੇ ਅਵੋਇਡ ਕਰਤੀ ਉਹ ਗੱਲ, ਜਾਂ ਇੱਕ ਵਾਰੀ ਲਾਗੂ ਕਰਕੇ ਫਿਰ ਕੈਂਸਲ ਕਰਤੀ। ਪ੍ਰਕਾਸ਼ ਸਿੰਘ ਬਾਦਲ ਹੁਰਾਂ ਦੀ ਵਾਈਫ ਕੈਂਸਰ ਨਾਲ ਉਹਨਾਂ ਦੀ ਡੈਥ, ਨਵਜੋਤ ਸਿੰਘ ਸਿੱਧੂ ਦੀ ਵਾਈਫ ਨੂੰ ਕੈਂਸਰ ਹੈ, ਮੇਰੇ ਮਾਤਾ ਨੂੰ ਸੀ ਬਾਈ, ਤੁਹਾਡੀ ਮਾਤਾ ਬੈਠਾ ਮੇਰੇ ਮਾਂ ਜੀ ਨਾਲ ਹੀ ਨੇ ਮੇਰੇ, ਕਿੰਨੇ ਲੋਕ ਨੇ ਜਿਹੜੇ ਬੰਦੇ ਇਹਨੂੰ ਕੁਛ ਕਰ ਸਕਦੇ ਨੇ ਤੇ ਨਹੀਂ ਕਰ ਰਹੇ, ਉਹਨਾਂ ਦੇ ਪਰਿਵਾਰਾਂ ਬੱਚਿਆਂ ਨੇ ਵੀ ਬਚਣਾ ਨਹੀਂ ਗਾ, ਕਿਉਂਕਿ ਪਾਣੀ ਤੋਂ ਤਾਂ ਆਪਾਂ ਬਚਣੀ, ਪਾਣੀ ਦੇ ਬਿਨਾਂ ਤਾਂ ਨਹੀਂ ਆਪਾਂ ਰਹਿ ਸਕਦੇ ਗੇ। ਔਰ ਪਾਣੀ ਦੀ ਹਾਲਤ ਵੇਖੋ, ਆਹ ਜਿਹੜੀ ਜਗ੍ਹਾ ਜਿੱਥੋਂ ਬੁੱਢਾ ਨਾਲਾ ਪੈ ਰਿਹਾ ਵਿੱਚ, ਇਹਦੇ ਅੱਗੇ ਮੱਛੀਆਂ ਵੀ ਨਹੀਂ ਜਾਂਦੀਆਂ, ਮੱਛੀਆਂ ਪਿੱਛੇ ਰਹਿੰਦੀਆਂ ਨੇ, ਉਹਨਾਂ ਨੂੰ ਅਕਲ ਹੈ। ਔਰ ਇੱਕ ਹੋਰ ਕਮਾਲ ਦੀ ਗੱਲ, ਕਮਾਲ ਦੀ ਤਾਂ ਨਹੀਂ ਦੁੱਖ ਦੀ ਗੱਲ, ਕਿ ਮੱਛੀਆਂ ਨੂੰ ਵੀ ਕੈਂਸਰ ਹੋ ਗਿਆ, ਜਿਹੜੀਆਂ ਹਰੀ ਕੇ ਪਤਲ ਉੱਥੇ ਹੀ ਨੇ ਨਾ ਜਿਸਕੇ, ਹਾਂਜੀ ਹਾਂਜੀ ਹਾਂਜੀ, ਉਹਨਾਂ ਨੂੰ ਕੈਂਸਰ ਹੋ ਗਿਆ ਤੇ ਬੰਦੇ ਦਾ ਕੀ ਹਾਲ ਹੋਊਗਾ, ਬੰਦੇ ਬਾਰੇ ਕੀ ਸੋਚ ਰਹੇ ਹਾਂ ਅਸੀਂ। ਦਵਿੰਦਰ ਜੀ, ਤੁਹਾਨੂੰ ਇਹ ਲੱਗਦਾ ਕਿ ਅਸੀਂ ਕਿਤੇ ਜਿਹੜੀ ਤੁਸੀਂ ਗੱਲ ਕਹੀ, ਕਿਉਂਕਿ ਜੀ ਡੀ ਪੀ ਜਿਹੜਾ ਤੁਸੀਂ ਵਰਣਨ ਕੀਤਾ, ਜੀ ਡੀ ਪੀ ਸਿਹਤ ਬਣਾਉਣ ਨਾਲ ਵੀ ਹੋ ਸਕਦੀ ਹੈ, ਉਹਦੇ ਨਾਲ ਸਪਰੈਡ ਹੋਣ ਨਾਲ, ਜਿਵੇਂ ਯੂਰਪ ਦੀ ਵੀ ਤਾਂ ਹੋ ਹੀ ਰਹੀ ਹੈ, ਚਾਹੇ ਉਹਨਾਂ ਨੇ ਸਾਨੂੰ ਪੁੱਠੀਆਂ ਚੀਜ਼ਾਂ ਕਿਤੇ ਤਾਂ ਸਿਖਾਈਆਂ ਨੇ, ਪਰ ਉਹ ਆਪ ਬਚੇ ਰਹਿੰਦੇ ਨੇ। ਕੀ ਅਸੀਂ ਆਪਦੇ ਮੁੱਦਿਆਂ ਨੂੰ ਅਸਲ ਮੁੱਦੇ ਬਣਾ ਸਕਾਂਗੇ ਵੋਟਾਂ ਲਈ, ਜਿਹਦੇ ਨਾਲ ਇਹਨਾਂ ਨੂੰ ਸਮਝ ਪੈਂਦੀ ਹੈ? ਤੁਸੀਂ ਦੁਨੀਆਂ ਘੁੰਮੀ, ਦੁਨੀਆਂ ਦੀ ਡੈਮੋਕ੍ਰੇਸੀ ਵੀ ਵੇਖੀਆਂ, ਔਰ ਇੰਡੀਆ ਨੂੰ ਵੀ ਡੈਮੋਕ੍ਰੇਸੀ ਨੂੰ, ਔਰ ਕੁਛ ਪ੍ਰਾਈਮ ਮਿਨਿਸਟਰਾਂ ਤੇ ਤੁਸੀਂ ਐਡਵਾਈਜ਼ਰ ਵੀ ਰਹੇ ਹੋ, ਤੁਹਾਨੂੰ ਲੱਗਦਾ ਇਹਨਾਂ ਦੇ ਮਾਈਂਡ ਸੈਟ ਚੇਂਜ ਹੋਣਗੇ ਸਾਡੇ ਪੋਲੀਟੀਸ਼ੀਅਨਾਂ ਦੇ? ਮੈਨੂੰ ਲੱਗਦਾ ਕਿ ਪੋਲੀਟੀਸ਼ੀਅਨ ਤੋਂ ਜ਼ਿਆਦਾ ਇੰਪੋਰਟੈਂਟ ਸਰ ਲੋਕਾਂ ਦੀ ਗੱਲ ਹੈਗੀ ਸਰ, ਆਫਟਰ ਆਲ ਵੀ ਆਰ ਏ ਪੀਪਲਸ ਡੈਮੋਕ੍ਰੇਸੀ, ਤੇ ਜੇ ਲੋਕ ਹੀ ਆਪਣੀ ਆਵਾਜ਼ ਨਹੀਂ ਉਠਾਉਣਗੇ ਇਹਨਾਂ ਚੀਜ਼ਾਂ ਵਾਸਤੇ, ਤਾਂ ਤੁਸੀਂ ਸੋਚ ਨਹੀਂ ਸਕਦੇ ਕਿ ਪੋਲੀਟੀਸ਼ੀਅਨ ਕਦੀ ਚੇਂਜ ਹੋ ਜਾਣਗੇ। ਮੇਰਾ ਤਾਂ ਆਪਣਾ ਇਹ ਮੰਨਣਾ ਹੈਗਾ, ਗੱਲ ਕਰੋ ਕਿਤੇ ਵੀ ਤੁਸੀਂ ਉਠਾਓ ਇਸ਼ੂ ਕਿ ਵੀ ਇਹ ਇਸ਼ੂ ਨੂੰ ਸਾਡੇ ਵਾਸਤੇ, ਸਿਹਤ ਵਾਸਤੇ ਜਾਂ ਸਾਡੇ ਸਮਾਜ ਵਾਸਤੇ ਠੀਕ ਨਹੀਂ ਹੈ, ਤਾਂ ਉਲਟਾ ਇਹ ਕਿਹਾ ਜਾਂਦਾ ਕਿ ਸਰ ਇਹ ਐਂਟੀ ਡਿਵੈਲਪਮੈਂਟ ਹੈ, ਇੱਕ ਨੈਰੇਟਿਵ ਬਣਾਤਾ ਗਿਆ ਕਿ ਹੁਣ ਇਹ ਐਂਟੀ ਡਿਵੈਲਪਮੈਂਟ ਹੈ। ਥੋੜਾ ਜ਼ਿਆਦਾ ਬੋਲੋਗੇ ਤਾਂ ਤੁਹਾਨੂੰ ਸ਼ਾਇਦ ਪਾਕਿਸਤਾਨ ਵੀ ਭੇਜ ਦੇਣਗੇ। ਸੋ ਇਹ ਇੱਕ ਸਿਰਫ ਸੋਚ ਆ ਗਈ ਹੈ ਕਿ ਬਈ ਇਹ ਸਭ ਐਂਟੀ ਡਿਵੈਲਪਮੈਂਟ ਹੈ। ਮੈਨੂੰ ਲੱਗਦਾ ਕਿ ਇਹ ਵੀ ਕਿਤੇ ਇਹ ਲੋਕਾਂ ਦੇ ਵਿੱਚੋਂ ਹੀ ਨਿਕਲੀ ਹੈ ਨਾ ਜੀ। ਹੁਣ ਇੱਕ ਹੋਰ ਆ ਗਈ ਆ ਅਰਬਨ ਨੈਕਸਲ, ਤੁਸੀਂ ਜੇ ਸਾਰੀ ਗੱਲਾਂ ਉਠਾਓਗੇ ਸਾਡੇ, ਮੈਨੂੰ ਪਤਾ ਨਹੀਂ ਆਪਾਂ ਸਾਰੇ ਬੈਠੇ ਨੇ ਕਿੰਨੇ ਸਾਰੇ ਅਰਬਨ ਨੈਕਸਲ, ਪੰਜਾਬ ਲਈ ਤਾਂ ਇੱਕ ਹੋਰ ਟਰਮ ਵੀ ਹੈ, ਪੰਜਾਬ ਲਈ ਤਾਂ ਇੱਕ ਹੋਰ ਟਰਮ ਵੀ ਹੈ ਨਾ, ਇਹ ਖਾਲਿਸਤਾਨੀ ਹੈ, ਇਹ ਖਾਲਿਸਤਾਨੀ ਹੈ, ਪੰਜਾਬ ਲਈ ਤਾਂ ਇਹ ਟਰਮ ਵੀ ਹੈ, ਅਸੀਂ ਆਪਦੇ ਪਾਣੀ ਦੀ ਗੱਲ ਕਰਾਂਗੇ, ਇਹ ਖਾਲਿਸਤਾਨੀ। 1 ਜੁਲਾਈ ਤੋਂ 3 ਨਵੇਂ ਕਾਨੂੰਨ ਲਾਗੂ, ਉਹਦੇ ਵਿੱਚ ਵਿਕਾਸ ਵੀ ਪਾ ਦਿੱਤਾ ਗਿਆ,
ਤੁਸੀਂ ਸਾਰੇ ਵਿਕਾਸ ਵਿਰੋਧੀ ਹੋ, ਦੇਸ਼ ਧਰੋਹ ਦਾ ਪਰਚਾ ਦਰਜ ਹੋ ਸਕਦਾ, ਜਿਹਦੇ ਚ ਕੋਈ ਡਿਬੇਟ ਨੀ ਹੋਈ। 146 ਮੈਂਬਰ ਜਿਹੜੇ ਪਾਰਲੀਮੈਂਟ ਦੇ ਸਸਪੈਂਡਡ ਸੀ, ਬਾਹਰ ਸੀ, ਕੋਈ ਸਟੈਂਡਿੰਗ ਕਮੇਟੀ ਨੂੰ ਭੇਜਿਆ ਗਿਆ। ਇਹ ਫੈਡਰਲ ਇਸ਼ੂ ਹੈ, ਕਿਸੇ ਸਟੇਟ ਤੋਂ ਨੀ ਪੁੱਛਿਆ ਗਿਆ। ਸਾਡੀ ਸਟੇਟ ਸਾਡੀ ਸਟੇਟ ਖਮੋਸ਼ ਹੈ, ਕਦੀ ਆਲ ਪੋਲੀਟੀਕਲ ਬੋਲ ਰਹੇ ਨੇ। ਤੁਸੀਂ ਤਾਮਿਲਨਾਡੂ ਦੇਖੋ, ਕਰਨਾਟਕਾ ਦੇਖੋ, ਕੇਰਲਾ ਦੇਖੋ, ਵੈਸਟ ਬੰਗਾਲ ਦੇਖੋ, ਉਹ ਸਾਰੇ ਬੰਦੇ ਬੋਲ ਰਹੇ ਨੇ। ਆਪਣੀ ਸਟੇਟ ਚ ਕਿਸੇ ਨੇ ਕਮਿਸ਼ਨ ਬਣਾਇਆ, ਕੋਈ ਪਾਰਲੀਮੈਂਟ ਚ ਬੋਲ ਰਿਹਾ, ਕੋਈ ਕਿਤੇ ਹੈ। ਅਸੀਂ ਕਿਹੋ ਜਿਹੇ ਬੁੱਧੀ ਦੇ ਮਾਲਕ ਪਾਲੀਟੀਸ਼ੀਅਨ ਸਿਰਜੇ ਨੇ ਜਿਹੜੇ ਜਾਣਗੇ ਪਾਰਲੀਮੈਂਟ ਚ ਚੁਣ ਕੇ, ਜੋ ਜ਼ੁਬਾਨ ਨਹੀਂ ਖੋਲਣੀ। ਲੀਡਰ ਮੇਨ ਜ਼ਿੰਮੇਵਾਰ ਹੈ, ਉਹਨਾਂ ਦਾ ਆਗੂ ਹੈ ਉਸ ਲੈਵਲ ਤੇ, ਉਹਨੇ ਅਗਵਾਈ ਕਰਨੀ ਹੈ। ਜਿਵੇਂ ਮੈਂ ਪਹਿਲਾਂ ਕਹਿ ਰਿਹਾ ਸੀ, ਕਮਰ ਹੋਣੀ ਵੀ ਆਪਣਾ ਗੀਤ ਗਾਉਂਦੇ ਨੇ, ਬਹੁਤ ਗੀਤ ਇਹੋ ਜਿਹੇ ਹੁੰਦੇ ਨੇ, ਲੋਕ ਕਹਿੰਦੇ ਨਾ ਕਿਉਂ ਇਹ ਜਿਹੇ, ਜਿਹਨੂੰ ਜੇ ਕਿਸੇ ਬੰਦੇ ਨੂੰ ਕਹੋ ਤੂੰ ਲੱਚਰ ਕਿਉਂ ਕਹਿੰਦਾ, ਵੀ ਲੋਕ ਇਹੀ ਚਾਹੁੰਦੇ। ਇਹੀ ਤਰੀਕਾ ਹੋਇਆ ਕਿ ਲੋਕ ਇਹੀ ਚਾਹੁੰਦੇ ਨੇ। ਮੈਂ ਜਰਨਲਿਸਟ ਹਾਂ, ਮੰਨ ਲਓ, ਮੈਨੂੰ ਵੀ ਇਹ ਵੀ ਲੋਕ ਉਹ ਤਾਂ ਭਾਈ ਦਿੰਦੇ ਹੀ ਨੇ ਜੀ, ਜਰਨਲਿਸਟਾਂ ਨੂੰ ਤਾਂ ਖਰਾ ਘਰ ਦੇ ਦਿੰਦੇ ਨੇ, ਫਲਾਣਾ ਲਾਲਚ ਦਿੰਦੇ ਹੀ ਨੇ, ਮੈਂ ਕੀ ਕਰਾਂ। ਤਾਂ ਮੈਂ ਪ੍ਰਚੂਨ ਦੀ ਦੁਕਾਨ ਕਰ ਲਾ ਭਾਈ ਸਾਹਿਬ ਲੋਕਾਂ ਦੇ ਨਾਲੋਂ, ਤੇ ਹੋਰ ਕੰਮ ਜਿਹੜਾ ਇੱਕ ਕਿਤੇ ਚੁਣਦੇ ਹੋ ਤੁਸੀਂ, ਤੁਸੀਂ ਲੀਡਿੰਗ ਰੋਲ ਚ ਹੁੰਦੇ ਹੋ ਵੱਖ ਵੱਖ ਉਹਨਾਂ ਦੇ ਮਾਮਲਿਆਂ ਚ। ਰੋਲ ਮਾਡਲ ਤੋਂ ਬਿਨਾਂ ਪਬਲਿਕ ਮੋਬਲਾਈਜ ਨਹੀਂ ਹੁੰਦੀ। ਉਹ ਰੋਲ ਮਾਡਲ ਕਿੱਥੇ ਨੇ ਸਾਡੇ ਇੰਟਲੈਕਚੁਅਲ ਸੁਸਾਇਟੀ ਦੇ ਵਿੱਚ, ਸਾਡੇ ਡਿਫਰੈਂਟ ਫੋਰਮ ਦੇ ਵਿੱਚ, ਰਿਲੀਜੀਅਸ ਸੁਸਾਇਟੀ ਦੇ ਵਿੱਚ, ਸਮਾਜ ਦੇ ਵਿੱਚ, ਪੋਲਿਟਿਕਸ ਦੇ ਵਿੱਚ? ਕਿਹੜੇ ਬੰਦੇ ਤੁਸੀਂ ਗਿਣ ਲਓਗੇ ਕਿ ਕੌਣ ਬੇਬਾਕੀ ਨਾਲ ਬਿਨਾਂ ਮਤਲਬ ਬਿਨਾਂ ਅਹੁਦਾ ਉਡੀਕ ਕੇ, ਬਿਨਾਂ ਡਰ ਬਿਨਾਂ ਭੈ ਆਪਣੀ ਗੱਲ ਕਰਦੇ ਨੇ ਤੇ ਲਿਖਦੇ ਨੇ, ਬੋਲਦੇ ਨੇ ਲਗਾਤਾਰ? ਕੱਲਾ ਪੋਲੀਟੀਸ਼ਨ ਦਾ ਕੁਐਸਚਨ ਨੀ, ਇੰਟਲੈਕਚੁਅਲ ਤੇ ਸਿਵਲ ਸੁਸਾਇਟੀ ਮੇਜਰ ਜ਼ਿੰਮੇਵਾਰ ਹੁੰਦੀ ਆ ਉਸ ਕਿਸੇ ਮਾਮਲੇ ਦੇ ਵਿੱਚ। ਦੇਖੋ ਇੱਥੇ ਪੰਜਾਬ ਚ ਸਭ ਤੋਂ ਜ਼ਿਆਦਾ ਸਿੱਖਇਜ਼ਮ ਨੂੰ ਫਾਲੋ ਕੀਤਾ ਜਾਂਦਾ ਹੈ। ਜਪਜੀ ਸਾਹਿਬ ਹੁਕਮ ਚਾਹੇ ਹੁਕਮੀ ਲਿਖ ਦੁੱਖ ਸੁੱਖ ਪਾਇਓ, ਦੁੱਖ ਔਰ ਸੁੱਖ ਵੀ ਸਾਡਾ ਹੁਕਮ ਚਾਹੇ। ਤੇ ਜਦੋਂ ਹਰ ਚੀਜ਼ ਹੁਕਮ ਚਾਹੇ, ਗੀਤਾ ਚ ਵੀ ਆਹੀ ਕਹਿੰਦੇ ਨੇ ਕਿ ਜੋ ਤੇਰੀ ਕਿਸਮਤ ਚ ਹੈ ਤੈਨੂੰ ਉਹੀ ਮਿਲਣਾ, ਦੁਨੀਆਂ ਦੀ ਕੋਈ ਸ਼ਕਤੀ ਤੁਹਾਨੂੰ ਵੱਧ ਨਹੀਂ ਦਵਾ ਸਕਦੀ। ਉਹ ਜਦੋਂ ਮੇਰੀ ਕਿਸਮਤ ਚ ਇੱਕ ਫਿਕਸ ਹੈ ਚੀਜ਼, ਸਭ ਚੀਜ਼ ਹੁਕਮ ਚ ਹੈ, ਤਾਂ ਇਹਨਾਂ ਬੰਦਿਆਂ ਨੂੰ ਸਮਝ ਨਹੀਂ ਆਉਂਦੀ ਅਸੀਂ ਆਪਦਾ ਕਰਮ ਕਿਉਂ ਖਰਾਬ ਕਰ ਰਹੇ ਹਾਂ। ਇਹ ਗੱਲ ਆਪਾਂ ਉਹਨਾਂ ਨੂੰ ਕਹਿ ਰਹੇ ਹਾਂ ਜਿਹੜੇ ਬਿਊਰੋਕਰੇਟਸ ਔਰ ਰਾਜਨੀਤਿਕ, ਜਿਹੜੇ ਆਪਣੇ ਆਪ ਨੂੰ ਬਹੁਤ ਜ਼ਹੀਨ ਮੰਨਦੇ ਨੇ। ਪਰ ਸਹੁਰੇ ਤੁਸੀਂ ਦੇਸ਼ ਕਿੱਧਰ ਨੂੰ ਜਾ ਰਹੇ? ਪਰ ਮੈਂ ਲੋਕਾਂ ਨੂੰ ਕਹੂੰਗਾ ਕਿ ਜਿਹੋ ਜਿਹੀ ਡਿਮਾਂਡ ਹੁੰਦੀ ਹੈ ਗੱਜ ਦੀ, ਉਹ ਜੀ ਸਪਲਾਈ ਹੁੰਦੀ ਹੈ। ਜੇ ਸਾਡੇ ਲੋਕ ਇਹਨਾਂ ਮੁੱਦਿਆਂ ਤੇ ਇਹਨਾਂ ਨੂੰ ਘੇਰਨਗੇ ਕਿ ਸਾਡੇ ਸਟੇਟ ਦਾ ਮੁੱਦਾ ਪਾਣੀ ਬਣਿਆ, ਕਿ ਅਸੀਂ ਆਪਦੇ ਆ ਜਿਹੜੀ ਹੁਣ ਪਾਰਲੀਮੈਂਟ ਦਾ ਇਲੈਕਸ਼ਨ ਹੋਇਆ, ਕਿਸੇ ਨੂੰ ਘੇਰ ਕੇ ਪੁੱਛਿਆ ਤੂੰ ਪਾਣੀ ਲਈ ਕੀ ਕਰ ਰਹੇ? ਕਿ ਅਸੀਂ ਆਪਦੀ ਸਟੇਟ ਗੌਰਮੈਂਟ ਨੂੰ ਪੁੱਛਿਆ ਕਿ ਤੂੰ ਭਾਈ ਇਹ ਫੈਡਰਲ ਇਸ਼ੂ ਤੇ ਤੁਸੀਂ ਆਏ ਹੋ, ਫੈਡਰਲ ਇਸ਼ੂ ਤੇ ਤੁਸੀਂ ਲੜ ਰਹੇ ਹੋ ਕਿ ਨਹੀਂ ਲੜ ਰਹੇ? ਤੁਸੀਂ ਫੈਡਰਲ ਇਸ਼ੂ ਚ ਪਾਣੀ ਹੈ, ਸਾਡੇ ਬੰਨਾਂ ਤੇ ਸਾਡਾ ਅਧਿਕਾਰ ਨਹੀਂ ਗਾ ਯਾਰ, ਕਿ ਅਸੀਂ ਉਹਦੇ ਬਾਰੇ ਕਿਸੇ ਨੂੰ ਪੁੱਛਾਂਗੇ ਜਾਂ ਨਹੀਂ? ਆਹ ਪਾਣੀ ਤੁਸੀਂ ਇੰਡਸਟਰੀ ਦੇ ਨਾਂ ਤੇ ਪਰੋਸ ਰਹੇ ਹੋ ਸਾਰੇ ਪੰਜਾਬ ਨੂੰ, ਫਿਰ ਕਹਿ ਰਹੇ ਹੋ ਸਾਡੇ ਮੁੰਡੇ ਬਾਹਰ ਜਾ ਰਹੇ ਨੇ, ਹੋਰ ਉਹ ਇੱਥੇ ਬਿਮਾਰ ਹੋਣ ਰਹਿ ਕੇ। ਪੰਜਾਬ ਦੇ ਮਾਮਲੇ ਦੇ ਵਿੱਚ ਆਪਾਂ ਕਿਸਾਨੀ ਮੂਵਮੈਂਟ ਦਾ ਵੀ ਦੇਖ ਲਿਆ ਕਿ ਹਾਲਾਤ ਕਿੱਥੋਂ ਤੱਕ ਚਲੇ ਗਏ ਆ ਕਿ ਸਟਰਗਲ ਦੇ ਰਾਹੀਂ ਹੀ ਮਸਲੇ ਹੱਲ ਹੋ ਰਹੇ, ਬਾਕੀ ਥਾਵਾਂ ਦੇ ਉੱਪਰ ਮਤਲਬ ਲੈਜਿਸਲੇਚਰ ਦੇ ਰਾਹੀਂ ਵਿਗੜ ਰਹੇ ਆ ਉਲਟਾ। ਆ ਜਿਹੜੀ ਹੁਣੇ ਹਮੀਰ ਸਿੰਘ ਹੁਣਾਂ ਨੇ ਗੱਲ ਕੀਤੀ ਬਿਊਰੋਕਰੇਸੀ ਜਾਂ ਐਗਜ਼ੀਕਿਊਟਿਵ ਦੀ ਗੱਲ ਕਰ ਲਓ, ਤਾਂ ਪਿਛਲੇ ਕਿੰਨੇ ਲੰਬੇ ਸਮੇਂ ਤੋਂ ਤੁਸੀਂ ਦੇਖ ਲਓ ਕੋਈ ਮਸਲਾ ਉਹਦੇ ਰਾਹੀਂ ਹੱਲ ਨਹੀਂ ਹੁੰਦਾ, ਸਭ ਵਿਗੜਦਾ ਹੈ। ਜੁਡੀਸ਼ਰੀ ਦੇ ਰਾਹੀਂ ਲੋਕਾਂ ਨੂੰ ਥੋੜਾ ਬਹੁਤਾ ਯਕੀਨ ਸੀਗਾ ਕਿ ਮਸਲੇ ਹੱਲ ਹੋਣਗੇ, ਪਰ ਪਿਛਲੇ ਸਮੇਂ ਦੇ ਦੌਰਾਨ ਇੱਥੋਂ ਤੱਕ ਹੋਈ ਕਿਸਾਨੀ ਮੂਵਮੈਂਟ ਦੇ ਵਿੱਚ ਸਟਰਗਲ ਕਰ ਰਹੀ ਧਿਰ ਨੇ ਕਹਿ ਦਿੱਤਾ ਕਿ ਅਸੀਂ ਕੋਰਟ ਦੇ ਵਿੱਚ ਨਹੀਂ ਆਉਣਾ। ਬੇਵਿਸ਼ਵਾਸੀ ਹੈ ਨਾ ਜਿਸ ਤਰ੍ਹਾਂ ਸਾਰਾ ਕੁਛ ਹੋ ਰਿਹਾ ਸੀਗਾ। ਸੋ ਲਾ ਪਾ ਕੇ ਸਮਾਜ ਦੇ ਵੱਲੋਂ ਇਹੀ ਇੱਕ ਰਸਤਾ ਬਚਦਾ ਆ, ਉਹਦੇ ਵਾਸਤੇ ਜੋ ਮੁੱਢਲੇ
ਪੜਾ ਹੈਗੇ ਆ ਅਵੇਅਰਨੈਸ ਦਾ, ਆਰਗੇਨਾਈਜ਼ ਹੋਣ ਦਾ, ਉਹ ਸਾਰੇ ਕਰਨੇ ਚਾਹੀਦੇ। ਤੇ ਗੱਲ ਜ਼ਰੂਰ ਸਮਝ ਕੇ ਆਰਗੇਨਾਈਜੇਸ਼ਨ ਆਰਗੇਨਾਈਜ਼ ਹੋਣਗੇ ਲੋਕ। ਤੁਸੀਂ ਗੱਲ ਕੀਤੀ ਕਿ ਡਿਮਾਂਡ ਐਂਡ ਸਪਲਾਈ, ਪਰ ਇਹ ਜਿਹੜਾ ਮਾਡਲ ਖੜਾ ਇਹ ਐਡਮ ਸਮਿਥੀਅਨ ਮਾਡਲ ਹੈ ਜਿਹੜਾ ਕਹਿੰਦਾ ਸਪਲਾਈ ਕ੍ਰੀਏਟ ਸਿਟਸ ਹੋਣ ਦਾ, ਸਪਲਾਈ ਆਪਣੀ ਮੰਗ ਪੈਦਾ ਕਰ ਲੈਂਦੀ ਡਰੱਗ ਦਾ ਸਵਾਲ ਹੈ। ਡਰੱਗ ਦੀ ਡਿਮਾਂਡ ਪੰਜਾਬ ਚ ਪਹਿਲਾਂ ਕਦੋਂ ਪੈਦਾ ਹੋਈ? ਇਹ ਨਰੋਲ ਸਪਲਾਈ ਬੇਸਡ ਡਰੱਗੀ ਬਣਾਉਣ ਦਾ ਤਰੀਕਾ ਸਾਰੇ ਕਿਤੇ, ਉਹਨੂੰ ਸਮਝ ਕੇ ਮੇਰਾ ਖਿਆਲ ਹੈ ਇੱਕ ਕਾਊਂਟਰ ਮੂਵਮੈਂਟ ਉਹ ਦਲੀਲ ਨਾਲ ਖੜੀ ਕਰਨ ਦੀ ਲੋੜ ਪੈਂਦੀ ਹੈ, ਔਰ ਉਹਦੇ ਤੋਂ ਬਿਨਾਂ ਚਾਰਾ ਨਹੀਂ ਹੈ। ਇੱਕ ਗੱਲ ਇਹ ਅੰਡਰਸਟੈਂਡ ਕਰਨੀ ਚਾਹੀਦੀ ਹੈ ਕਿ ਕੁਦਰਤ ਦੇ ਜਿਹੜੇ ਸਾਡੇ ਕੋਲ ਸਰੋਤ ਨੇ ਉਹ ਤੁਹਾਡੀਆਂ ਲੋੜਾਂ ਪੂਰੀਆਂ ਕਰ ਸਕਦੇ ਨੇ, ਲਾਲਚ ਨਹੀਂ ਪੂਰਾ ਕਰ ਸਕਦੇ, ਗਰੀਡ ਨਹੀਂ ਪੂਰਾ ਕਰ ਸਕਦੇ ਤੁਹਾਡੀ। ਕੁਦਰਤ ਬਣੀ ਨਹੀਂ ਹੈ, ਬਣੀ ਨਹੀਂ ਹੈ, ਉਹਦੇ ਲਈ ਤੁਹਾਨੂੰ ਫਿਰ ਲਾਈਫ ਸਟਾਈਲ ਉਹ ਜਿਹਾ ਚਾਹੀਦਾ, ਉਹਦੇ ਲਈ ਉਹ ਮਾਡਲ ਉਸ ਲੈਵਲ ਦਾ ਚਾਹੀਦਾ। ਇਹ ਸਾਰੀਆਂ ਚੀਜ਼ਾਂ ਜ਼ਿੰਦਗੀ ਨਾਲ ਜੁੜੀਆਂ ਹੋਈਆਂ, ਇਹ ਤੁਹਾਨੂੰ ਟੁੱਟ ਕੇ ਕੋਈ ਗੱਲ ਨਹੀਂ। ਲੋਕਾਂ ਨੂੰ ਮੈਂ ਇੱਕ ਜ਼ਰੂਰ ਦੱਸਦਾ, ਸਮੀਰ ਜੀ ਨੇ ਜ਼ਿਕਰ ਕੀਤਾ ਹੀ ਐਡਮ ਸਮਿਥ ਦਾ, ਇਹ ਉਹ ਬੰਦਾ ਹੈ ਜਿਹਨੂੰ ਪੂੰਜੀਵਾਦ ਦਾ ਜਾਂ ਕਹਿ ਲਓ ਕੈਪੀਟਲਿਜ਼ਮ ਦਾ ਜਨਮਦਾਤਾ ਮੰਨਿਆ ਜਾਂਦਾ ਹੈ। ਔਰ ਇਹ ਵਾਦ ਜਿਹੜੇ ਹੁੰਦੇ ਨੇ, ਚਾਹੇ ਕਮਿਊਨਿਜ਼ਮ ਹੋਵੇ ਜਾਂ ਕੈਪੀਟਲਿਜ਼ਮ ਹੋਵੇ ਜਾਂ ਇੱਕ ਸੋਸ਼ਲਿਜ਼ਮ ਵੀ ਆ ਗਿਆ, ਪਹਿਲਾਂ ਤੋਂ ਖੈਰ ਆ ਗਿਆ, ਹੁਣ ਤਾਂ ਕੋਈ ਨਵਾਂ ਵਾਦ ਚਾਹੀਦਾ ਜਿਹਦੇ ਨਾਲ ਜ਼ਿੰਦਗੀ ਬੈਟਰ ਹੋ ਸਕੇ। ਇਹ ਸਾਰੇ ਵਾਦ ਜਿਹੜੇ ਇਹ ਤੁਹਾਡੀ ਬਿਹਤਰੀ ਲਈ ਬਣਾਏ ਗਏ ਸੀ, ਲੋਕਾਂ ਦੀ ਬਿਹਤਰੀ ਲਈ, ਤੇ ਲੋਕਾਂ ਦਾ ਹੀ ਸੱਤਿਆਨਾਸ਼ ਹੋ ਰਿਹਾ। ਹੁਣ ਇਹ ਆਪਣੇ ਇਹਨਾਂ ਦਾ ਪਿੰਡ ਹੈ ਆ ਵਲੀਪੁਰ, ਇਹ ਸਾਰੇ ਵਲੀਪੁਰ ਦੇ ਸੱਜਣ ਬੈਠੇ ਨੇ ਪਰੇ, ਜਸਕੀਰਤ ਜੀ ਤੋਂ ਪਰੇ ਵੀ। ਇਹ ਵਲੀਪੁਰ ਦੇ ਦਵਿੰਦਰ ਜੀ ਲੋਕ ਇਸ ਬੁੱਢੇ ਨਾਲ ਇਹ ਨਾਲ ਕੀ ਝੱਲ ਰਹੇ ਨੇ? ਘੱਟੋ ਘੱਟ 25-30 ਸਾਲ ਤੋਂ ਮੈਂ ਹੀ ਦੇਖ ਰਿਹਾ ਕਿ ਲਗਾਤਾਰ ਮੌਤਾਂ ਵੀ ਹੋ ਰਹੀਆਂ, ਤੇ ਹੈਪੇਟਾਈਟਿਸ ਸੀ ਦਾ ਬੜਾ ਕਾਮਨ ਹੈ ਇੱਥੇ, ਲਿਵਰ ਦੀਆਂ ਡਿਜ਼ੀਜ਼ ਵੀ ਹੈਗੀਆਂ ਨੇ। 2016 ਦੇ ਵਿੱਚ ਇੱਥੇ ਸਰਵੇ ਕੀਤਾ ਗਿਆ ਸੀਗਾ ਸਾਰੇ ਪਿੰਡ, 110 ਕੁ ਘਰ ਆ ਸਾਡੇ, ਕੋਈ ਬੜਾ ਵੱਡਾ ਪਿੰਡ ਨਹੀਂ ਹੈਗਾ, ਤੇ 110 ਦੇ ਵਿੱਚੋਂ ਜਿਹੜੇ 73 ਪੇਸ਼ੈਂਟ ਉਦੋਂ ਡਾਇਗਨੋਸ ਕੀਤੇ ਗਏ, ਜਿਹੜੇ ਲੋਕਾਂ ਨੇ ਟੈਸਟ ਕਰਾਇਆ, ਪਹਿਲੀ ਗੱਲ ਤਾਂ ਸਾਰਿਆਂ ਨੇ ਸ਼ਾਇਦ ਟੈਸਟ ਨਾ ਕਰਾਇਆ ਹੋਵੇ, 73 ਦੇ ਵਿੱਚੋਂ ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਹੋਇਆ, ਜਿਹਨਾਂ ਦਾ ਟ੍ਰੀਟਮੈਂਟ ਸ਼ੁਰੂ ਹੋ ਗਿਆ ਉਹਨਾਂ ਚ ਵੀ 26 ਜਾਣੇ ਹੁਣ ਤੱਕ ਮਰ ਚੁੱਕੇ ਆ। 73 ਨੂੰ ਕੀ ਸੀਗਾ? ਹੈਪੇਟਾਈਟਿਸ ਸੀ ਸੀਗਾ, ਹੈਪੇਟਾਈਟਿਸ ਸੀ, ਤੇ ਉਹਦੇ ਵਿੱਚ ਬੜੇ ਜਾਣੇ ਇਹੋ ਜਿਹੇ ਸੀ, ਮੈਂ ਵੀ ਸ਼ਾਮਲ ਆ, ਜਿਹਨੂੰ ਹੈਪੇਟਾਈਟਿਸ ਵੀ ਨਹੀਂ ਸੀ ਤੇ ਕੋਈ ਬਿਮਾਰੀ ਨਹੀਂ ਹੈ, ਨਾ ਫੈਟੀ ਲਿਵਰ ਆ, ਨਾ ਅਲਕੋਹਲਿਜ਼ਮ ਆ, ਨਾ ਕੁਛ ਆ, ਮੈਨੂੰ ਵੀ ਲਿਵਰ ਸਿਰੋਸਿਸ ਹੈ। ਓ ਮਾਈ, ਮੇਰੇ ਫਾਦਰ ਸਾਹਿਬ ਦੀ ਵੀ ਡੈਥ ਹੋਈ ਹੈਪੇਟਾਈਟਿਸ ਦੇ ਨਾਲ, ਉਹ ਵੀ ਬੜੇ ਵਧੀਆ ਲਾਈਫ ਸਟਾਈਲ ਸੀ ਉਹਨਾਂ ਦਾ, ਬਟ ਸਟਿਲ ਉਹ ਇੰਪੈਕਟਡ ਹੋਈ। ਤਾਂ ਜਿੱਥੇ ਤੱਕ ਆਪਾਂ ਕਹਿ ਦਈਏ ਕਿ ਇਹਦਾ ਵੀ ਲੋਕਾਂ ਦੇ ਸਵਾਲ ਆ, ਸਵਾਲ ਇਸ਼ੂ ਬਣਾਉਂਦੇ ਨੇ ਪਰ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਭੁੱਲ ਜਾਂਦੇ ਆ। ਜਿਹੜੀ ਮੇਨ ਮੁੱਦਾ ਹੈਗਾ ਉਦੋਂ ਕੋਈ ਨਾ ਕੋਈ ਜਿਹੜੀ ਆ ਪੋਲੀਟੀਸ਼ੀਅਨ ਆ ਉਹਦਾ ਇੰਪੈਕਟ ਹੇਟ ਵੋਟ ਪੈ ਜਾਂਦੀ ਹੈ। ਜੇ ਆਪਾਂ ਕਹੀਏ ਕਿ ਇਸ ਮੁੱਦੇ ਦੇ ਆਧਾਰ ਤੇ ਵੋਟਾਂ ਪੈਂਦੀਆਂ, ਤਾਂ ਇਹ ਤਾਂ ਮੈਂ ਦੇਖਿਆ ਨੀ ਕਦੇ, ਜੇ ਮੈਂ ਇਮਾਨਦਾਰੀ ਨਾਲ ਜਵਾਬ ਦਵਾਂ। ਪਰ ਤੁਸੀਂ ਪਿੰਡ ਵਾਲਿਆਂ ਨੇ ਕਿਤੇ ਡਿਸਕਸ ਨਹੀਂ ਕੀਤਾ ਯਾਰ ਆਪਣਾ ਇਹ ਸਭ ਤੋਂ ਵੱਡਾ ਇਸ਼ੂ, ਜਿੱਥੇ ਤੁਸੀਂ ਮਰੀ ਜਾ ਰਹੇ ਹੋ, ਜਿੱਥੇ ਬਿਮਾਰ ਹੋਈ ਜਾ ਰਹੇ ਹੋ। ਡਿਸਕਸ ਹੋਇਆ, ਡਿਸਕਸ ਹੋ ਕੇ ਸਾਰਾ ਕੁਛ ਇੱਥੇ ਡੀਸੀ ਸਾਹਿਬ ਨੂੰ ਮਿਲੇ ਹੋਇਆ, ਸਾਰਾ ਕੁਛ ਹੋਇਆ, ਇੱਥੇ ਕਈ ਵਾਰੀ ਕੰਮ ਵੀ ਰੋਕਿਆ ਗਿਆ, ਤਾਂ ਇੱਥੇ ਅੱਗੇ ਫਲੱਡ ਆ ਗਿਆ ਤਾਂ ਥੋੜਾ ਜਿਹਾ ਪਾਣੀ ਵੱਧ ਗਿਆ ਅੱਗੇ ਬਾਰਿਸ਼ਾਂ ਦੇ ਵਿੱਚ, ਤੇ ਡਿਪਟੀ ਕਮਿਸ਼ਨਰ ਕਹਿੰਦੇ ਵੀ ਆਪ ਬੰਨ੍ਹ ਤੋੜ ਦਿੰਦੇ ਆ ਇੱਧਰ ਨੂੰ, ਤੇ ਉਦੋਂ ਲੋਕਾਂ ਨੇ ਉਹਨੂੰ ਇਸ ਮੁੱਦੇ ਦੇ ਆਧਾਰ ਤੇ ਰੋਕਿਆ ਵੀ ਭਾਈ ਇਹ ਤਾਂ ਪਾਣੀ ਬੜਾ ਗੰਦਾ, ਤਾਂ ਅਸੀਂ ਤਾਂ ਅੰਡਰਗਰਾਊਂਡ ਵਾਟਰ ਪੋਲਿਊਸ਼ਨ ਆ ਜਿਹੜਾ ਉਹਦੇ ਨਾਲ ਹੀ ਮਰੀ ਜਾਂਦੇ ਆ, ਜੇ ਸਿੱਧਾ ਡਾਇਰੈਕਟ ਹੀ ਆ ਗਿਆ ਤਾਂ ਕੀ ਹਾਲ ਹੋਣਾ ਸਾਡਾ। ਉਹਨਾਂ ਨੇ ਇੱਕ ਛੋਟੀ ਜਿਹੀ ਗੱਲ ਦੱਸਦਾ, ਇੱਕ ਕਰਿਓ ਜੇ ਹੁਣ ਵੀ ਵੋਟਾਂ ਆਉਣੀਆਂ, ਹੁਣ ਜੇ ਲੋਕ ਸਭਾ ਦੇ ਇਲੈਕਸ਼ਨ ਸੀ ਨਾ ਜੀ, ਰਾਏ ਬਰੇਲੀ ਕੋਲੇ ਉਦੋਂ 15 ਕਿਲੋਮੀਟਰ ਦੂਰ ਇੱਕ ਪਿੰਡ ਸੀਗਾ ਕੈਮੂਪੁਰ, ਤੇ ਕਾਮੂਪੁਰ ਕੋ ਨਾਂ ਸੀ ਉਹਦਾ, ਉਸ ਪਿੰਡ ਨੇ ਬਾਈਕਾਟ ਕਰਤਾ, ਅਸੀਂ ਵੋਟ ਨਹੀਂ ਪਾਉਣੀ।
ਓਪਨਲੀ ਕਹਿਤਾ ਅਸੀਂ ਵੋਟ ਨਹੀਂ ਪਾਉਣੀ, ਜਾਂ ਸਾਡੀ ਆ ਜਿਹੜੀ ਸੜਕ ਇੱਥੋਂ ਜਾਂਦੀ ਹੈ ਰਾਏਬਰੇਲੀ ਤੱਕ 15 ਕਿਲੋਮੀਟਰ ਦਾ ਚੰਕ, ਇਹ ਬਣਾਉਂਗੇ ਤਾਂ ਸਾਡੇ ਕਿੰਨੇ ਐਕਸੀਡੈਂਟ ਹੋ ਗਏ ਆ। ਉਹ ਬਹਿ ਗਏ, ਬੀਜੇਪੀ ਦਾ ਉਮੀਦਵਾਰ ਗਿਆ ਉੱਥੇ, ਦਿਨੇਸ਼ ਪ੍ਰਤਾਪ ਸ਼ਾਇਦ ਉਹਦਾ ਨਾਂ, ਕਹਿੰਦਾ ਜੀ ਵੋਟ ਪਾ ਦਿਓ, ਕਿਸੇ ਨੂੰ ਮਰਜ਼ੀ ਪਾ ਦਿਓ। ਉਹ ਕਹਿੰਦੇ ਨਹੀਂ ਮੰਨੇ। 4 ਵਜੇ ਉੱਥੇ ਰਾਹੁਲ ਗਾਂਧੀ ਪਹੁੰਚ ਗਿਆ ਕਿ ਬੰਦਿਓ ਰੱਬ ਦਿਓ ਵੋਟ ਪਾ ਦਿਓ, ਅਸੀਂ ਤੁਹਾਡੀ ਸੜਕ ਬਣਾ ਦਿਆਂਗੇ। ਯੋਗੀ ਵੱਲੋਂ ਇੱਕ ਆਫਿਸਰ ਨੇ ਆ ਕੇ ਬੋਲਿਆ ਕਿ ਵੋਟ ਪਾ ਦਿਓ ਯਾਰ, ਐਂ ਨਾ ਕਰੋ, ਕਿਉਂਕਿ ਉਹ ਮੀਡੀਆ 'ਚ ਵੀ ਆ ਗਈ ਗੱਲ ਜਦੋਂ ਉਹਨਾਂ ਨੇ ਕਿਹਾ। ਉਦੋਂ ਬਾਅਦ ਉਹਨਾਂ ਨੇ ਥੋੜੇ ਜਿਹੇ ਬੰਦਿਆਂ ਨੇ ਵੋਟ ਪਾਈ। ਸਰਕਾਰ ਕਿਸੇ ਦੀ ਆ ਉੱਥੇ, MP ਕੋਈ ਜਿੱਤਿਆ, ਉਹਨਾਂ ਦੀ ਸੜਕ ਬਣ ਗਈ ਹੈ। ਸਿਰਫ ਆਪਦੇ ਮੁੱਦੇ ਤੇ ਆ ਗਏ ਲੋਕ। ਤੁਸੀਂ ਪਿੰਡਾਂ ਨੇ ਯਾਰ ਇਲਾਕੇ ਨੂੰ ਇਕੱਠਾ ਕਰੋ। ਅਸੀਂ ਆਹ ਮੀਟਿੰਗਾਂ ਕਰ ਰਹੇ ਹਾਂ ਜਸਕੀਰਤ ਜੀ ਨਾਲ ਰਲ ਕੇ, ਕਿ ਆਹ ਵਿਚਾਰੇ ਆਉਂਦੇ ਨੇ ਆਪਦੇ ਡਾਕਟਰੀ ਦੇ ਕੰਮ ਛੱਡ ਕੇ, ਤੁਸੀਂ ਇਕੱਠੇ ਹੋਵੋ, ਇਕੱਠੇ ਹੋ ਕੇ ਕਹੋ ਸਾਡੇ ਇਲਾਕੇ 'ਚ ਆਹ ਨਹੀਂ ਆਉਣਾ ਚਾਹੀਦਾ। ਹੁਣ ਆਹ ਜਿਵੇਂ ਹੁਣੇ ਗੱਲ ਕੀਤੀ, ਇਹ ਸ਼ਹਿਰ ਦਾ ਕੂੜਾ ਹੈ। ਜਾਂ ਉਹ ਇੰਡਸਟਰੀ ਜਿਹਦਾ ਜ਼ਿਕਰ ਦਵਿੰਦਰ ਜੀ ਨੇ ਕੀਤਾ ਹੈ, ਜਿਹਨੂੰ ਗਰੋਥ ਆਉਣੇ ਆ ਸੀ, ਉਹਦਾ ਕੂੜਾ ਤੁਹਾਡੇ ਆ ਕੇ ਤੁਹਾਨੂੰ ਬਿਮਾਰ ਕਰ ਰਿਹਾ, ਤੁਸੀਂ ਬੋਲੂਗੇ ਨੀ? ਓਏ ਅਸੀਂ ਤੁਹਾਨੂੰ ਇਹ ਨਹੀਂ ਕਹਿ ਰਹੇ ਕਿ ਅਸੀਂ ਐਫਰਟ ਕਰ ਰਹੇ ਹਾਂ, ਅਸੀਂ ਆਪਦਾ ਫਰਜ਼ ਨਿਭਾ ਰਹੇ ਹਾਂ। ਪਰ ਮੈਂ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ, ਤੁਸੀਂ ਇਨਸਾਨ ਹੋਣ ਦਾ ਫਰਜ਼ ਤਾਂ ਨਿਭਾ ਲਓ ਯਾਰ। ਇੱਕ ਖਲੀਲ ਜ਼ਬਰਾਨ ਨੇ ਗੱਲ ਕਹੀ ਹੈ, ਬੁਰਾਈ ਦੇ ਖਿਲਾਫ ਲੜੋ, ਲੜ ਨਹੀਂ ਸਕਦੇ ਤਾਂ ਬੋਲੋ, ਬੋਲ ਨਹੀਂ ਸਕਦੇ ਤਾਂ ਸੋਚ ਤਾਂ ਲਓ, ਸੋਚ ਕੇ ਉਹਨੂੰ ਇੰਪਲੀਮੈਂਟ ਤਾਂ ਕਰ ਲਓ ਗੱਲਾਂ ਨੂੰ, ਆਪਦਾ ਮੁੱਦਾ ਤਾਂ ਬਣਾ ਲਓ। ਆ ਜਸਕੀਰਤ ਜੀ ਤੋਂ ਪੁੱਛ ਲਓ, ਇਹ ਲੱਗੇ ਰਹਿੰਦੇ ਨੇ ਹਰ ਰੋਜ਼, NGT ਦੇ ਵੀ ਜਾਂਦੇ ਨੇ, ਜੋ ਸਾਡਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ ਨਾ ਜੀ, ਜੀਰਾ ਫੈਕਟਰੀ ਦਾ ਕੇਸ ਹੀ ਉੱਥੇ ਜਾ ਕੇ ਹੈਂਡਲ ਕਰਦੇ ਨੇ ਹਰ ਰੋਜ਼, ਆਪਦੀ ਨੌਕਰੀ ਛੱਡੀ ਬੈਠੇ ਨੇ, ਇਸ ਕੰਮ ਤੇ ਤੁਰੇ ਫਿਰਦੇ ਨੇ। ਇਹਨਾਂ ਦੇ ਘਰ ਵਾਲੇ ਵੀ ਆਉਂਦੇ ਨੇ ਕਿ ਮੁੰਡਾ ਸਾਡਾ ਕਮਲਾ ਹੋ ਗਿਆ, ਕਮਾਉਂਦਾ ਹੈ ਨੀ, ਮੈਨੂੰ ਵੀ ਆਉਂਦੇ ਨੇ ਫਿਲਮਾਂ ਛੱਡ ਕੇ। ਮੈਨੂੰ ਇੱਕ ਆਪਣੇ ਅਦਾਕਾਰ ਪੁੱਛਣ ਲੱਗ ਗਏ, ਮੈਨੂੰ ਕਹਿੰਦੇ ਬਾਈ ਜੀ ਇਲੈਕਸ਼ਨ ਲੜਨਾ? ਮੈਂ ਕੀ ਮਤਲਬ? ਨਹੀਂ ਆਉਂਦਾ, ਮਤਲਬ ਇਸ ਕੰਮ ਤੇ ਲੱਗ ਗਏ ਹੋ? ਮੈਂ ਕਿਹਾ ਇਸ ਕੰਮ ਤੇ, ਕਿਹੜੇ ਕੰਮ ਤੇ? ਉਹ ਬੰਦਿਆ ਰੱਬ ਦਿਆ, ਜੇ ਕੋਈ ਇਹ ਗੱਲਾਂ ਬੋਲੂਗਾ ਇਹਦਾ ਮਤਲਬ ਉਹਨੇ ਇਲੈਕਸ਼ਨ ਹੀ ਲੜਨਾ ਹੈ ਕਿ ਅਸੀਂ ਇਹ ਗੱਲਾਂ ਆਪਦੇ ਇਸ਼ੂਜ਼ ਨੂੰ ਡਿਸਕਸ ਕਰਾਂਗੇ ਜਾਂ ਨਹੀਂ? ਜਾਂ ਅਸੀਂ ਪਿੰਡਾਂ ਦੀਆਂ ਲੜਾਈਆਂ 'ਚ, ਸ਼ਹਿਰਾਂ ਦੀਆਂ ਮੁਹੱਲੇਬਾਜ਼ੀਆਂ ਦੇ ਵਿੱਚ ਕਿ ਮੈਂ ਵੱਡਾ ਜਾਂ ਤੂੰ ਵੱਡਾ, ਅਸੀਂ ਆਪਦੇ ਵੱਡੇ ਇਸ਼ੂਆਂ ਦਾ ਸਤਿਆਨਾਸ਼ ਕਰੀ ਜਾਵਾਂਗੇ? ਤੁਹਾਨੂੰ ਲੱਗਦਾ ਹੈ ਆਪਾਂ ਇਸ ਤਰ੍ਹਾਂ ਦੀ ਡੈਮੋਕ੍ਰੇਸੀ ਹਮੀਰ ਜੀ ਕੋਲ ਡਿਵੈਲਪ ਕਰ ਪਾਵਾਂਗੇ ਜਦੋਂ ਸਾਡੇ ਪੰਜਾਬ ਦੇ ਲੋਕ ਆਪਦੇ ਇਸ਼ੂਆਂ 'ਤੇ ਖੁੱਲ੍ਹ ਕੇ ਬੋਲਣ, ਅਤੇ ਉਹਨਾਂ ਇਸ਼ੂਆਂ 'ਤੇ ਇਲੈਕਸ਼ਨ ਹੋਣ, ਨਾ ਕਿ ਕੋਈ ਹੋਰ ਮੁੱਦੇ ਆਉਣ? ਜਦੋਂ ਅਸੀਂ ਕਹੀਏ ਪਾਣੀ 'ਤੇ ਦੱਸ ਵੀ ਕੀ ਕੀਤਾ, ਅਸੈਂਬਲੀ 'ਚ ਬੋਲਿਆ ਕਿ ਨਹੀਂ, ਕੀ ਅਸੀਂ ਕਹਾਂਗੇ ਬੁੱਢੇ ਨਾਲੇ 'ਤੇ ਤੂੰ ਕੀ ਬੋਲਿਆ? ਲੱਗਦਾ ਤੁਹਾਨੂੰ ਇਹੋ ਜਿਹਾ ਕੁਛ ਹੋਊਗਾ? ਨਹੀਂ, ਹੋਣਾ ਚਾਹੀਦਾ। ਕਦੋਂ ਹੋਏਗਾ ਇੱਕ ਅਲੱਗ ਗੱਲ, ਦੋ ਸਵਾਲ ਅਲੱਗ ਅਲੱਗ ਨੇ, ਇਹਦੇ ਤੋਂ ਬਿਨਾਂ ਚਾਰਾ ਕੋਈ ਨਹੀਂ। ਸਾਹਮਣੇ ਤੁਹਾਡਾ ਫਿਊਚਰ ਬਰਬਾਦ ਹੈ ਜੇ ਉਹਨੂੰ ਦੇਖ ਕੇ ਵੀ ਤੁਸੀਂ ਨਹੀਂ ਲੜਨਾ। ਪਰ ਪੰਜਾਬ ਦੇ ਲੋਕਾਂ ਦਾ ਇੱਕ ਗੱਲ ਹੈ ਕਿ ਕਈ ਵਾਰ ਇਸ ਲੈਵਲ ਦੀਆਂ ਪੁਜੀਸ਼ਨਾਂ ਹੁੰਦੀਆਂ ਨੇ ਕਿ ਇਕੱਲਾ ਵੀ ਬੰਦਾ ਪਿੰਡ 'ਚ ਬੈਠਾ ਤੇ ਉਹ ਧਾਰ ਲੈਂਦਾ ਕਿ ਮੈਂ ਕੰਪਰੋਮਾਈਜ਼ ਨਹੀਂ ਕਰਨਾ, ਮੈਂ ਤੇ ਗੱਲ ਕਰੂੰਗਾ। ਜਦ ਇਕੱਠ ਹੁੰਦਾ ਸਾਡਾ, ਇਕੱਠ 'ਚ ਅਸੀਂ ਦਲੇਰ ਹੋ ਜਾਂਦੇ ਹਾਂ, ਇੰਡੀਵਿਜੁਅਲੀ ਅਸੀਂ ਝਿਜਕਦੇ ਰਹਿੰਦੇ, ਮੈਨੂੰ ਐਂ ਨਾ ਕਹਿ ਦੇ, ਮੈਨੂੰ ਐਂ ਨਾ ਕਹਿ ਦੇ, ਮੈਨੂੰ ਐਂ ਨਾ ਕਹਿ ਦੇ। ਜਦੋਂ ਉਹ ਲੱਕ ਬੰਨ ਕੇ ਤੁਰ ਪਏ ਦੋ ਦੋ ਚਾਰ ਚਾਰ ਬੰਦੇ, ਤਾਂ ਪਿੰਡ ਬਦਲ ਜਾਣਗੇ। ਕਿਸਾਨ ਅੰਦੋਲਨ ਬਾਅਦ ਕੋਈ ਚੇਂਜ ਆਈ ਹੈ? ਢੇਰ ਜਿਹੜੀ ਹੈ ਨਾ, ਉਹਦਾ ਹਾਜ਼ਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ। ਮਤਲਬ ਕਿਸਾਨੀ ਅੰਦੋਲਨ ਇਕੱਲਾ ਕਿਸਾਨਾਂ ਨੇ ਥੋੜੀ ਲੜਿਆ, ਲੋਕਾਂ ਨੇ ਲੜਿਆ, ਸੋਸਾਇਟੀ ਨੇ ਲੜਿਆ, ਲੋਕਾਂ ਨੇ ਲੜਿਆ। ਪਰ ਮੁਦਈ ਧਿਰ ਸੀਗੀ, ਜੀਰੇ ਵਾਲੀ ਫੈਕਟਰੀ ਹੈ, ਉੱਥੋਂ ਦੇ ਲੋਕਲ ਅਫੈਕਟਡ ਬੰਦੇ ਨਾ ਖੜੇ ਹੋਣ ਤਾਂ ਕੋਈ ਕੁਛ ਨੀ ਸੀ, ਬੈਠੇ ਹੋਏ ਨੇ ਉੱਥੇ। ਇਸ ਕਰਕੇ ਜਿਹੜੀ ਗੱਲ ਭਾਜੀ ਹੋਣਾ ਨੇ ਕਹੀ, ਤੁਸੀਂ ਵੀ ਕਹੀ, ਜਿਹੜੇ ਲੋਕਲ ਅਫੈਕਟਡ ਬੰਦੇ ਹੈ, ਮਸਲਾ ਇਹ ਸਾਰਿਆਂ ਦਾ ਹੈ, ਪੰਜਾਬ ਦਾ ਮਸਲਾ, ਹਰ ਇੱਕ ਬੰਦੇ ਦਾ ਮਸਲਾ, ਚਾਹੇ ਕੋਈ ਇਹਦੇ ਤੋਂ ਪ੍ਰਭਾਵਿਤ ਹੈ ਜਾਂ ਨਹੀਂ ਹੈ। ਪਰ ਜਿਹੜਾ ਧੁਰਾ ਆ
ਉਹ ਬਿਲਕੁਲ ਸਥਾਨਕ ਅਫੈਕਟਡ ਜਿਹੜੇ ਹਿੱਸੇ ਹੈ ਉਹਨਾਂ ਦੇ ਦੁਆਲੇ ਬੱਝਣਾ ਆ। ਜਿਵੇਂ ਹੁਣ ਤੁਹਾਡੇ ਪਿੰਡ ਵਾਲੇ, ਮੈਂ ਤੁਹਾਡੇ ਇਲਾਕੇ ਨੂੰ ਤੁਹਾਡੀ ਡਿਊਟੀ ਹੈ, ਲੱਗੋ ਸਾਡੇ ਨਾਲ। ਆ 15 ਅਗਸਤ ਨੂੰ ਜਾਂ 16 ਅਗਸਤ ਨੂੰ ਆਪਾਂ ਮੁਜ਼ਾਹਰਾ ਕਰਨਾ ਲੁਧਿਆਣੇ ਕਿ ਆ ਬੁੱਢਾ ਨਾਲਾ, ਬੁੱਢਾ ਨਾਲਾ ਕਿਉਂਕਿ ਜਿਵੇਂ ਗਾਜੀ ਜੀ ਨੇ ਕਿਹਾ ਸਿੰਬਲ ਬਣਿਆ ਹੋਇਆ, ਇਸ ਸਿੰਬਲ ਨੂੰ ਕੁਛ ਕਰੋ, ਇਹਨੂੰ ਸੁਧਾਰਨ ਲਈ। ਦਵਿੰਦਰ ਜੀ 840 ਕਰੋੜ ਰੁਪਇਆ ਰੱਖਿਆ, GDP ਵੱਧ ਗਈ ਨਾ, ਸਰਕਾਰੀ ਅਹੁਦੇਦਾਰਾਂ ਨੂੰ ਮਿਲੇ। ਅਸੀਂ ਉਹਨਾਂ ਨੂੰ ਜਾ ਕੇ ਕਿਹਾ ਕਿ ਯਾਰ ਤੁਸੀਂ ਆਹ ਨਿਗਰਾਨੀ ਨਹੀਂ ਕਰਦੇ, ਹਰ ਕੰਮ ਹਰ ਫੈਕਟਰੀ ਦੇ ਵਿੱਚ ਆ ਜੋ ਲੱਗਿਆ ਹੋਣਾ ਚਾਹੀਦਾ ਹੈ, STP ਜਾਂ CTP ਤੁਸੀਂ ਚੈੱਕ ਕਰਦੇ ਹੋ ਉਹਦੀ ਮਾਤਰਾ, ਉਹ ਵਰਕਿੰਗ ਹੈ ਜਾਂ ਉਹ ਬੰਦਿਆਂ ਨੇ ਬੋਰ ਕਰਕੇ ਥੱਲੇ ਪਾਣੀ ਤਾਂ ਨਹੀਂ ਪਾ ਰਹੇ। ਕਹਿੰਦੇ ਜੀ ਸਾਡਾ ਪੋਲਿਊਸ਼ਨ ਬੋਰਡ ਤਾਂ ਕਰਪਟ ਹੈ। ਉਹ ਮੈਂ ਕਿਹਾ ਬੰਦੇ ਹੋ ਰੱਬ ਦਿਓ, ਤੁਸੀਂ ਸਰਕਾਰ ਹੋ, ਤੁਹਾਡੀ ਸਰਕਾਰ ਹੈ, ਇਹਨੂੰ ਸਸਪੈਂਡ ਕਰ ਦਿਓ। ਕਹਿੰਦੇ ਜੀ ਇਹ ਤਾਂ ਪਿਛਲੀਆਂ ਸਰਕਾਰਾਂ ਵੇਲੇ ਵੀ ਸੀ। ਉਹ ਮੈਂ ਕਿਹਾ ਉਹ ਗੰਦੇ ਜੀ ਤਾਂ ਤੁਹਾਨੂੰ ਬਦਲ ਕੇ ਲਿਆਏ ਹੈ, ਤੁਸੀਂ ਵੀ ਆਂਦੇ ਬਸ ਹੁਣ ਕੀ ਕਰੀਏ, ਤਾਂ ਉੱਤੇ ਹੀ ਕਰੂ ਕੋਈ। ਮੈਂ ਕਿਹਾ ਉੱਤੇ ਕੌਣ ਹੈ ਯਾਰ, ਤੁਸੀਂ 92 ਜਤਾ ਤੇ। ਗੱਲ ਕਹਿਣੀ ਹੈ ਕਿ ਇਹ ਕੋਈ ਗੱਲ ਗੈਰ ਕਾਨੂੰਨੀ ਨਹੀਂ ਨਾ ਹੈ, ਕਾਨਸਟੀਟਿਊਸ਼ਨ ਹੈ 73rd ਅਮੈਂਡਮੈਂਟ ਦੇ ਤਹਿਤ ਪਿੰਡ ਦੀ ਗ੍ਰਾਮ ਸਭਾ ਪੰਚਾਇਤ ਤੋਂ ਵੀ ਤੇ ਕਿਸੇ ਤੋਂ ਵੀ ਪਾਵਰਫੁਲ ਬਾਡੀ। ਗ੍ਰਾਮ ਸਭਾਵਾਂ ਬੁਲਾ ਕੇ ਆਪਣੇ ਇਲਾਕੇ ਚ ਮਤੇ ਪਾਉਣਾ ਤਾਂ ਸਟਾਰਟ ਕਰੋ, ਇੱਕ ਮੂਵਮੈਂਟ ਬਣ ਜਾਏਗੀ। ਪਾਰਟੀਆਂ ਨੇ ਫੁੱਟ ਹੀ ਨਹੀਂ ਪਾਤੀ ਆ ਪਿੰਡਾਂ ਚ, ਕੇਵਲ ਥਾਣੇ ਕਚਹਿਰੀਆਂ ਤੱਕ ਸੀਮਿਤ ਕਰਤੇ ਲੋਕ, ਤੇ ਅਸੀਂ ਇੱਕ ਦੂਜੇ ਨਾਲ ਝਗੜਦੇ ਹਾਂ। ਪਿੰਡ ਦੇ ਸਾਰੇ ਬੰਦੇ ਬੈਠ ਸਕਦੇ ਨੇ, ਕੋਈ ਵੀ ਜੇ ਸਰਪੰਚ ਨਹੀਂ ਬੁਲਾਉਂਦਾ ਉਹ ਪਾਰਟੀ ਨਾਲ ਰਲਿਆ ਹੋਇਆ, ਤੁਸੀਂ 20% ਬੰਦੇ ਲਿਖ ਕੇ ਬੁਲਾ ਸਕਦੇ ਹੋ, ਆਪਣੀ ਬੁਲਾਓ। ਕੋਈ ਪੰਚਾਇਤ ਉਹਤੋਂ ਬਾਹਰ ਜਾਊਗੀ ਤਾਂ ਜੇ ਕੋਈ ਕੋਰਟ ਕਾਰਟ ਚ ਜਾਂਦਾ ਤਾਂ ਉਹ ਖਿਲਾਫ਼ ਪੰਚਾਇਤ ਦੇ ਹੋਏ। ਤੁਹਾਨੂੰ ਮੈਂ ਐਗਜਾਮਪਲ ਦਿੰਦਾ, ਫਿਰੋਜ਼ਪੁਰ ਫਾਜ਼ਿਲਕਾ ਸਸਤਾ ਕਲਾਂ ਪਿੰਡ ਹੈ, MLA ਨੇ 2 ਪਿੰਡ ਬਣਾ ਤੇ, ਉਹਨਾਂ ਨੇ ਲੜਾਈ ਲੜੀ ਗ੍ਰਾਮ ਸਭਾ ਦੇ ਰਾਹੀਂ, ਹਾਈਕੋਰਟ ਚਲਾ ਗਿਆ ਮਾਮਲਾ, ਸੈਕਟਰੀ ਡਾਇਰੈਕਟਰ ਨੂੰ ਵਾਪਸ ਫੈਸਲਾ ਰੱਦ ਕਰਨਾ ਪਿਆ ਕਿ ਅਸੀਂ ਨਹੀਂ ਉਸ ਲੈਵਲ ਦੇ ਉੱਤੇ ਕਰਦੇ। ਮੇਰਾ ਆਪਣਾ ਪਿੰਡ ਹੈ ਨਾਭੇ ਚ, 25 ਏਕੜ ਜ਼ਮੀਨ ਰੋਕ ਲਈ ਸਰਕਾਰ ਨੇ ਜਾ ਕੇ ਕਿ ਉਹ ਗਊ ਬਾੜਾ ਬਣਾਉਣਾ ਜੀ, ਤੇ ਉਹਨੇ ਲੋਕ ਕਹਿੰਦੇ ਵੀ ਸਾਡੇ ਤਾਂ ਕੰਮ ਗੜਬੜ ਹੋ ਜਾਣਾ। ਅੱਗੇ ਲੱਗ ਕੇ ਗ੍ਰਾਮ ਸਭਾ ਬੁਲਾਈ, ਇਹ ਕਿਹਾ ਕਿ BDO ਨੇ ਗਲਤ ਕੀਤਾ, ਪੰਚਾਇਤ ਨੇ ਗਲਤ ਕੀਤਾ, ਸਾਡੇ ਕੋਈ ਨਹੀਂ ਹੈ, ਜਾਓ ਜਾ ਕੇ ਲੈ ਜਾਓ ਜਿੱਧਰ ਮਰਜ਼ੀ, ਨਹੀਂ ਬਣ ਪਾਇਆ, 25 ਏਕੜ ਵਾਪਸ ਹੋਈ ਹੈ। ਇਸ ਪੱਖੋਂ ਇਹ ਮਹੱਤਵਪੂਰਨ ਹੈਗਾ ਮੇਰੇ ਖਿਆਲ, ਸੀਰੀਅਸਲੀ ਲੈਣੀ ਚਾਹੀਦੀ ਗੱਲ, ਜਿਹੜੇ ਲੋਕਲ ਹੈਗੇ ਨੇ ਆਪਣੇ ਇੱਥੋਂ, ਉਹਨਾਂ ਦੇ ਵੱਲੋਂ ਕਿਸੇ ਇੱਕ ਪਿੰਡ ਦੇ ਵਿੱਚ ਵੀ ਹੋ ਜਾਵੇ, ਤੁਸੀਂ ਦੇਖੋਗੇ ਜਿੰਨੇ ਤੰਗ ਤਾਂ ਸਾਰੇ ਹੀ ਆ ਨਾ। ਸੋ ਬਹੁਤੀ ਵਾਰ ਇਹ ਹੁੰਦਾ ਕਿ ਬੰਦੇ ਹੱਥ ਪੱਲਾ ਮਾਰ ਰਹੇ, ਰਾਹ ਨਹੀਂ ਲੱਭਦਾ, ਥੋੜਾ ਜਿਹਾ ਕੋਈ ਮਤਲਬ ਦਿਸ਼ਾ ਦੇਣ ਵਾਲਾ ਹੋਵੇ ਤੇ ਆਪਾਂ ਗੱਲ ਉਸਰਦੀ ਦੇਖੀਏ। ਜੀਰਾ ਫੈਕਟਰੀ ਦਾ ਜਿਹੜਾ ਮਸਲਾ ਹੋਇਆ ਸੀ ਨਾ, ਅਸੀਂ ਸਾਰੇ ਆਪਾਂ ਜਾਂਦੇ ਰਹੇ ਹਾਂ ਉੱਥੇ, ਜੀਰਾ ਕੋਈ ਵੀ ਫੈਕਟਰੀ ਲਾਉਣ ਤੋਂ ਪਹਿਲਾਂ ਨਾ ਕਹਾਂ ਜੀ, ਉੱਥੋਂ ਦੇ ਪਿੰਡਾਂ ਦੀ, ਮੈਨੂੰ ਕਰੈਕਟ ਕਰਿਓ ਜੀ ਜੇ ਮੈਂ ਗਲਤ, ਸਾਰੇ ਪਿੰਡਾਂ ਦੀ ਇੱਕ ਮੀਟਿੰਗ ਸੱਦੀ ਜਾਂਦੀ ਹੈ, ਪਬਲਿਕ ਹੇਅਰਿੰਗ ਕਹਿੰਦੇ ਨੇ ਉਹਨੂੰ, ਕਿ ਅਸੀਂ ਆਹ ਚੀਜ਼ ਦਾ ਪ੍ਰੋਡਕਟ ਬਣਾਉਣ ਲਈ ਆਹ ਫੈਕਟਰੀ ਲਾ ਰਹੇ ਹਾਂ, ਤੁਸੀਂ ਐਗਰੀ ਕਰਦੇ ਹੋ? ਇਹ ਪਿੰਡਾਂ ਵਾਲਿਆਂ ਨੂੰ ਦੱਸ ਰਹੇ ਕਿ ਜੇ ਤੁਸੀਂ ਐਗਰੀ ਨਹੀਂ ਕਰਦੇ ਤੁਸੀਂ ਮਨਾ ਕਰ ਸਕਦੇ ਹੁੰਦੇ ਹੋ। ਪਰ ਸਾਡੇ ਇੱਕ ਹੋਰ ਧੋਖਾ ਹੁੰਦਾ ਇਹਦੇ 'ਚ ਕਿ ਫੈਕਟਰੀਆਂ ਵਾਲੇ ਦੱਸਦੇ ਕੁਛ ਹੋਰ ਨੇ ਉਹਦੇ 'ਚ, ਤੇ ਉਹਦੇ 'ਚ ਐਡੀਸ਼ਨ ਕਰ ਦਿੰਦੇ ਨੇ, ਜਿਵੇਂ ਕਿ ਜ਼ੀਰਾ ਫੈਕਟਰੀ 'ਚ ਹੋਇਆ, ਰੋਪੜ ਵੀ ਇਹੀ ਹੋਇਆ ਨਾ। ਹੁਣ ਉਹਨਾਂ ਦੇ ਕ੍ਰਿਮੀਨਲ ਓਫੈਂਸ ਹੈ, ਇਹ ਤਾਂ ਕ੍ਰਿਮੀਨਲ ਓਫੈਂਸ ਹੈ। ਪਰ ਗੱਲ ਇਹ ਹੈ ਕਿ ਅਸੀਂ ਇਹਦੇ ਤੇ ਹੁਣ ਜਿਵੇਂ ਨਾ, ਅਸੀਂ ਜਿੱਥੇ ਆਪਣਾ ਰਹਿੰਦੇ, ਤੁਸੀਂ ਆਏ ਹੋਏ ਹੋ ਮੋਹਾਲੀ, ਉਹਦੇ ਪਿੱਛੇ ਇੱਕ ਬਿਲਡਿੰਗ ਹੈ, ਜਦੋਂ ਉੱਥੇ ਲੋਕਾਂ ਨੇ ਕੋਠੀਆਂ ਲਈਆਂ ਸੀ ਨਾ ਦਵਿੰਦਰ ਜੀ, ਤਾਂ ਉਹਨਾਂ ਨੇ ਉਹਨੂੰ ਪਾਰਕ ਵਿਖਾਇਆ ਸੀ ਪਿੱਛੇ। ਬਾਅਦ 'ਚ ਇੱਕ ਵੱਡਾ ਪੋਲੀਟੀਸ਼ੀਅਨ ਸੀ ਜਿਹਨੇ ਉਹਨੂੰ, ਉਹਦੀ ਧੌਣ ਮਰੋੜੀ, ਜਿਹੜਾ ਉਹ ਬਿਲਡਰ ਸੀ, ਜਿਹੜਾ ਉਹ ਸਾਰੇ ਬਣਾਉਣ ਵਾਲਾ ਸੀਗਾ ਸੈਕਟਰ ਨੂੰ, ਉਹਨੇ ਕਿਹਾ ਜੀ ਆਹ ਜਿਹੜਾ ਪਾਰਕ ਹੈ ਨਾ ਇਹ ਤੁਹਾਡਾ। ਉੱਥੇ ਬਿਲਡਿੰਗ ਬਣੀ, ਉਹ ਵੇਚੀ ਗਈ, ਉਹ ਸਾਰੇ ਪੈਸੇ ਇਹਨਾਂ ਨੂੰ ਵੰਡੇ ਗਏ। ਕੀ ਉੱਥੇ ਜਿਹੜੇ ਬਾਕੀ ਕੋਠੀਆਂ ਵਾਲੇ ਸੀ, ਮੈਂ ਪੁੱਛਿਆ ਉਹਨਾਂ ਤੋਂ ਬਾਅਦ 'ਚ ਆ ਕੇ, ਉਹ ਮੈਂ ਕਿਹਾ ਤੁਹਾਡਾ ਫਰਜ਼ ਨਹੀਂ ਬਣਦਾ ਸੀ, ਤੁਸੀਂ ਰਿੱਟ ਪਾਉਂਦੇ
ਉਹ ਬਾਈ ਜੀ ਕੀ ਲੈਣਾ ਹੈ, ਆਪਾਂ ਕੀ ਲੈਣਾ ਹੈ, ਅਸੀਂ ਕਿਵੇਂ ਲੜ ਸਕਦੇ? ਉਹ ਤੁਸੀਂ ਨੀ ਲੜ ਸਕਦੇ ਤਾਂ ਕੌਣ ਲੜੂਗਾ? ਬੱਚੇ ਕਿਹਦੇ ਮਰ ਰਹੇ ਨੇ? ਆ ਇਹਨਾਂ ਦੇ ਪਿੰਡ ਦੇ ਮਰ ਗਏ ਨਾ, ਇਹਨੇ ਹੋ ਗਿਆ ਨਾ ਹੈਪੇਟਾਈਟਿਸ ਸਾਰਿਆਂ ਨੂੰ, ਬੈਠੇ ਰਹੋਗੇ ਉਦੋਂ ਤੱਕ? ਤੁਸੀਂ ਕਹਿ ਰਹੇ ਸੀ ਕੁਛ? ਇੱਕ ਅੰਮ੍ਰਿਤਸਰ ਦਾ ਪਿੰਡ ਹੈ ਮੰਗੂ, ਉੱਧਰ ਉਹਨਾਂ ਨੇ ਪਿੰਡ 'ਚ ਇਹ ਜਿਹੜੀ ਗੱਲ ਐਗਜ਼ਾਮਪਲ ਸੈੱਟ ਕਰਨ ਵਾਲੀ ਹੈ, ਉਹਨਾਂ ਦੇ ਪਿੰਡ ਦਾ ਐਸ ਟੀ ਪੀ ਲੱਗਿਆ ਹੋਇਆ, ਜਿਹੜੇ ਛੱਪੜ ਸੀਗੇ ਪਿੰਡ ਦੇ, ਆਪਾਂ ਪਿੰਡਾਂ ਦੇ ਛੱਪੜ ਦਾ ਵੀ ਹਾਲ ਇਹੀ ਦੇਖ ਰਹੇ, ਉਹਨਾਂ ਨੇ ਐਸ ਟੀ ਪੀ ਲਾਇਆ ਤੇ ਉਹ ਪਾਣੀ ਰੀਯੂਜ਼ ਕਰਦੇ ਆ। ਮਤਲਬ ਆਪਾਂ ਜੇ ਦੇਖਣਾ ਹੋਵੇ ਨਾ ਪਿੰਡ ਦੀ ਪੰਚਾਇਤ ਦੀ ਵਿਲ ਪਾਵਰ, ਕੋਈ ਸਪੈਸ਼ਲ ਫੰਡ ਨੀ ਐਲੋਕੇਟ ਹੋਏ, ਜਿਹੜੇ ਫੰਡ ਆਉਂਦੇ ਆ ਉਹਨਾਂ ਚੋਂ ਮੱਛੀ ਦਾ ਬਿਜ਼ਨਸ ਵੀ ਕਰਦੇ ਆ। ਮਤਲਬ ਪਿੰਡ ਦੀ ਜਿਹੜੀ ਉਹ ਕਹਿੰਦੇ ਆ ਨਾ ਆਪਾਂ ਵੀ ਮਾਡਲ, ਇਸੇ ਮਾਡਲ 'ਚ ਕੰਸਟੀਟਿਊਸ਼ਨਲ ਪਾਵਰ ਇੰਨੀਆਂ ਹੈਗੀਆਂ ਨੇ ਵੀ ਪਿੰਡ ਦੀ ਪੰਚਾਇਤ ਨੇ ਆਪਣੇ ਮਸਲੇ ਦਾ ਐਵੇਂ ਹੱਲ ਲੱਭਿਆ। ਬੁੱਟਰ ਸੇਵੀਆਂ ਫੈਕਟਰੀ ਦਾ ਮਾਮਲਾ, ਮਨਦੀਪ ਧਰਦੇ ਉਹਨਾਂ ਤੇ ਜਾਲੀ ਕੇਸ ਪਾਏ, ਉਹਨਾਂ ਦੀ ਕੁੱਟਮਾਰ ਕੀਤੀ। ਰਾਣਾ ਗੁਰਜੀਤ ਦੀ ਫੈਕਟਰੀ ਆ, ਅੱਠ ਪਿੰਡਾਂ ਦੀਆਂ ਗ੍ਰਾਮ ਸਭਾਵਾਂ ਦੇ ਅਜੇ ਲੜੇ ਨੇ ਉਹ, ਐਡਾ ਮਜ਼ਬੂਤ ਪੋਲੀਟੀਸ਼ਨ ਦੇ ਖਿਲਾਫ਼ ਵੀ ਉਹ ਅਜੇ ਵੀ ਖੜੇ ਹੋਏ ਨੇ। ਉਹ ਜਿਹੜਾ ਪਾਣੀ ਡੁੱਲਦਾ ਸੀ ਆਲੇ ਦੁਆਲੇ ਉਹਨਾਂ ਨੇ ਰੋਕਿਆ ਵੀ ਸਾਡਾ ਪਿੰਡ ਬਰਬਾਦ ਨਹੀਂ ਹੋ ਸਕਦਾ। ਵਾਰ ਵਾਰ ਤੁਸੀਂ ਡਿਪਟੀ ਕਮਿਸ਼ਨਰ ਰਾਹੀਂ ਐਸ ਡੀ ਓ ਦੇ ਨਾਲ ਆਰਗੂਮੈਂਟ ਦੇਖਿਆ ਹੋਣਾ ਉਹਨਾਂ ਦਾ ਹੁੰਦਾ ਇਸ ਲੈਵਲ ਤੇ ਕਰਕੇ ਕਿ ਤੁਸੀਂ ਕਰਨਾ ਕੀ ਹੈ। ਪੰਜਾਬ 'ਚ ਪੌਕਟਾਂ 'ਚ ਲੜਾਈਆਂ ਹੋ ਰਹੀਆਂ, ਨੂਰਪੁਰ ਬੇਟ ਦੇ ਵਿੱਚ ਵੀ ਇਸ ਤਰ੍ਹਾਂ ਲੜਾਈ ਹੋ ਰਹੀ ਹੈ। ਕਿਹਾ ਗਿਆ ਸੀ ਕਿ ਫੀਡ ਦੀ ਫੈਕਟਰੀ ਲਗਾਈ ਜਾ ਰਹੀ ਹੈ, ਫੀਡ ਮਿਲਿਆ ਕਰੂਗੀ ਇੱਥੋਂ। ਉੱਥੇ ਜਿਹੜੇ ਸੀਗੇ ਮਰੇ ਹੋਏ ਡੰਗਰਾਂ ਦਾ ਉੱਥੇ ਡੰਪ ਬਣਾਇਆ ਗਿਆ, ਠੀਕ ਹੈ ਜੀ, ਤੇ ਉਸ ਦੇ ਵਿਰੁੱਧ ਨੂਰਪੁਰ ਬੇਟ ਵਾਲੇ ਲੜਾਈ ਲੜ ਰਹੇ ਨੇ। ਪੂਰਾ ਪ੍ਰਸ਼ਾਸਨ ਇੱਕ ਪਾਸੇ ਆ ਤੇ ਪੁਲਿਸ ਆ ਕੇ ਪੁਲਿਸ ਨਾਲ ਧੱਕੇਸ਼ਾਹੀ ਵੀ ਕਰਨ ਦੀ ਕੋਸ਼ਿਸ਼ ਕੀਤੀ ਸਰਕਾਰ, ਪਰ ਪ੍ਰਸ਼ਾਸਨ ਦੇ ਵਿਰੁੱਧ ਨੂਰਪੁਰ ਬੇਟ ਦੇ ਲੋਕ ਅੱਜ ਵੀ ਡਟੇ ਹੋਏ ਨੇ। ਅਸੀਂ ਸਾਰਿਆਂ ਨੂੰ ਕਹਿਣਾ ਚਾਹਾਂਗੇ ਐ, ਕਿਸੇ ਦੀ ਪਹਿਲਾਂ ਪਾਣੀ ਦੀ ਗੱਲ ਕਰ ਲਈਏ, ਕਿਸੇ ਪਿੰਡ ਦੀ ਕਿਸੇ ਇਲਾਕੇ ਦੀ ਪਾਣੀ ਨੂੰ ਗੰਦੇ ਪਾਣੀ ਨੂੰ ਲੈ ਕੇ ਕੋਈ ਵੀ ਲੜਾਈ ਹੈ ਸਾਡੇ ਤੱਕ ਆਓ, ਆਪਾਂ ਰਲ ਕੇ ਲੜੀਏ। ਜਿੰਨਾ ਚਿਰ ਅਸੀਂ ਆਪਦਾ ਮੁੱਦਾ ਨਹੀਂ ਬਣਾਵਾਂਗੇ, ਅਸੀਂ ਆਪਦੇ ਜਿਹੜੇ ਸਾਡੇ ਜ਼ਿੰਦਗੀ ਨਾਲ ਵਾਵਸਥਾ ਨੇ ਮਸਲੇ, ਇਹਨਾਂ ਨੂੰ ਜਿੰਨਾ ਚਿਰ ਆਪਦਾ ਮੁੱਦਾ ਨਹੀਂ ਬਣਾਵਾਂਗੇ, ਇਸ਼ੂ ਨਹੀਂ ਬਣਾਵਾਂਗੇ, ਉਹਨਾਂ ਚਿਰ ਕਿਸੇ ਹੋਰ ਨੇ ਨਹੀਂ ਬਣਾਉਣਾ। ਤੁਹਾਡਾ ਘਰ ਲੁੱਟਿਆ ਜਾ ਰਿਹਾ ਹੋਵੇ, ਤੁਹਾਡੇ ਘਰ ਚੋਰੀ ਹੋ ਰਹੀ ਹੋਵੇ, ਤੁਹਾਡੇ ਘਰ ਡਾਕਾ ਵੱਜ ਰਿਹਾ ਹੋਵੇ, ਤੁਸੀਂ ਬੋਲਦੇ ਹੋ ਕਿ ਨਹੀਂ ਬੋਲਦੇ? ਇਹ ਪੰਜਾਬ ਤੁਹਾਡਾ ਨਹੀਂ ਗਾ, ਆਹ ਪਾਣੀ ਤੁਹਾਡਾ ਨਹੀਂ ਗਾ, ਆਪਦੇ ਲਈ ਨਹੀਂ ਬੋਲੂਗੇ ਤੇ ਕਾਹਦੇ ਲਈ ਬੋਲੂਗੇ ਯਾਰ ਤੁਸੀਂ? ਸਾਡਾ ਇਲਾਕਾ ਸੀ, ਇਹ ਸਾਡੀ ਰੀਤ ਸੀ ਕਿ ਜਦੋਂ ਕਿਸੇ ਦੂਜੇ ਦੇ ਘਰ ਚੋਰੀ ਹੁੰਦੀ ਸੀ ਜਾਂ ਅੱਗ ਲੱਗਦੀ ਸੀ ਤਾਂ ਅਸੀਂ ਬੁਝਾਉਂਦੇ ਸੀ ਜਾ ਕੇ। ਹੁਣ ਸਾਡੇ ਆਪਦੇ ਘਰ ਚ ਹੋਈ ਜਾ ਰਿਹਾ ਔਰ ਅਸੀਂ ਬੋਲਦੇ ਨਹੀਂ? ਬੋਲਣਾ ਸ਼ੁਰੂ ਹੋਏ ਆ ਪਰ ਇਹਨੂੰ ਵਧਾਓ। ਆਹ ਪਾਣੀ ਜਿਹੜਾ ਜਾ ਰਿਹਾ ਹੈ ਇਹਦੀ ਆਪਾਂ ਜਿਹੜੀ ਗੱਲ ਕਰ ਰਹੇ ਹਾਂ, ਇਹ ਰਸੋਈਆਂ ਤੱਕ ਪਹੁੰਚ ਰਿਹਾ ਸ਼ਾਮ ਤੱਕ, ਹੁਣ ਤੇ ਘੰਟੇ ਦੋ ਘੰਟੇ ਨੂੰ ਮੁਕਤਸਰ, ਫਰੀਦਕੋਟ, ਫਿਰੋਜ਼ਪੁਰ ਤੇ ਅਬੋਹਰ ਫਾਜ਼ਿਲਕਾ ਦੇ ਇਲਾਕੇ ਵਿੱਚ ਇਹ ਰਸੋਈ ਚੋਂ ਨਿਕਲੂਗਾ, ਤੁਹਾਡੇ ਢਿੱਡ 'ਚ ਜਾ ਰਿਹਾ। ਇਹਨੂੰ ਕਿਤੇ ਕੁਛ ਹੋਰ ਨਾ ਸਮਝ ਦਿਓ ਵੀ ਰੁੜਿਆ ਜਾਂਦਾ ਸ਼ਾਇਦ ਪਾਕਿਸਤਾਨ ਨੂੰ, ਤੇ ਅਸੀਂ ਉਹਦੀ ਗੱਲ ਕਰ ਰਹੇ ਹਾਂ। ਉੱਥੇ ਇਹਦਾ ਕੀ ਹੈ ਲੈਵਲ ਪਾਣੀ ਦਾ? ਜਦੋਂ ਬੁੱਢਾ ਨਾਲਾ ਵਿੱਚ ਵੜ ਜਾਂਦਾ ਉਸ ਤੋਂ ਬਾਅਦ ਕਿੰਨਾ ਇਹਦਾ ਸਤਿਆਨਾਸ਼ ਹੋ ਜਾਂਦਾ? ਬਿਲਕੁਲ ਬਿਲਕੁਲ, ਕੁਛ ਗੁਣਵੰਤਾ ਹੈ? ਹਾਂ ਹਾਂਜੀ ਹਾਂਜੀ, ਉਹ ਤਾਂ ਦੇਖੋ ਪਹਿਲੇ ਆਪਾਂ ਗੱਲ ਕੀਤੀ ਮੱਛੀਆਂ ਵਾਲੀ, ਉੱਥੋਂ ਹੀ ਪਤਾ ਲੱਗਦਾ ਕਿ ਇੱਧਰ ਮੱਛੀ ਹੈ ਨਹੀਂ, ਉਹ ਪਿੱਛੇ ਮੱਛੀ ਹੈਗੀ ਹੈ। ਇਹਦਾ ਮਤਲਬ ਪਾਣੀ ਦੀ ਗੁਣਵੱਤਾ ਤਾਂ ਬਿਲਕੁਲ ਦੇਸੀ ਭਾਸ਼ਾ ਦੇ ਵਿੱਚ, ਉਹ ਪਾਣੀ ਜ਼ਿੰਦਗੀ ਹੈ, ਇਹ ਪਾਣੀ ਮੌਤ ਹੈ। ਜੇ ਅਸੀਂ ਪੈਰਾਮੀਟਰਸ 'ਤੇ ਜਾਣਾ ਹੈ ਉਹ ਜਾ ਸਕਦੇ ਹਾਂ, ਇਹ BOD COD ਦੀਆਂ ਗੱਲਾਂ ਹੁੰਦੀਆਂ, ਇੱਥੇ 300-400 ਹੈ ਅਤੇ ਉੱਧਰ ਜਿਹੜੀ ਹੈਗੀ ਹੈ ਉਹ ਵੱਧ ਤੋਂ ਵੱਧ 1 ਜਾਂ 1 ਤੋਂ ਥੱਲੇ ਹੋਊਗੀ।
ਤੇ ਉਹ ਇੱਕ ਤੋਂ ਥੱਲੇ ਜਿਹੜੀ ਹੁੰਦੀ ਹੈ ਉਹਦੇ ਵਿੱਚ ਜ਼ਿੰਦਗੀ ਜੀ ਸਕਦੀ ਹੈ, ਕੋਈ ਪ੍ਰੋਬਲਮ ਬਿਲਕੁਲ ਬਿਲਕੁਲ ਉਹ ਜ਼ਿੰਦਗੀ ਹੈ, ਇਹ ਮੌਤ ਹੈ, ਇਸ ਤੋਂ ਅੱਗੇ ਮੱਛੀ ਵੀ ਹੈ ਨਹੀਂ, ਬੰਦਾ ਤਾਂ ਕੀ ਹੋਣਾ ਇਹਦੇ ਅੱਗੇ। ਮੈਂ ਐਗਜ਼ਾਮਪਲ ਦੇਣਾ ਚਾਹੁੰਦਾ ਹੈਗਾ, ਆਂਧਰਾ ਪ੍ਰਦੇਸ਼ ਵਿੱਚ ਇੱਕ ਮਾਡਲ ਹੈਗਾ ਕਮਿਊਨਿਟੀ ਮੈਨੇਜ ਨੈਚੁਰਲ ਫਾਰਮਿੰਗ, ਥੋੜ੍ਹਾ ਮੈਂ ਸਮਝਾਉਣ ਤੋਂ ਪਹਿਲੇ ਦੱਸਣਾ ਚਾਹੁੰਦਾ ਕਿ 3-4 ਦਿਨ ਪਹਿਲੇ ਉਹਨਾਂ ਨੂੰ ਲਿਸਬਨ ਵਿੱਚ ਪੋਰਟੁਗਲ ਵਿੱਚ ਜਾ ਕੇ ਉਹਨਾਂ ਨੂੰ ਸਭ ਤੋਂ ਬੜਾ ਦੁਨੀਆਂ ਦਾ ਇਨਾਮ 1 million euro ਮਿਲਿਆ ਹੈ ਐਜ਼ ਦੀ ਫਿਊਚਰ ਹਿਊਮੈਨਿਟੀ ਦਾ। ਨਾ ਸਾਨੂੰ ਨਹੀਂ ਪਤਾ, ਪਰ ਇਹ ਸਵਾਲ ਜਿਹੜਾ ਤੁਸੀਂ ਪੁੱਛਿਆ ਸੀ ਪ੍ਰੋਫੈਸਰ ਸਾਹਿਬ ਪਹਿਲੇ, ਉਹਦਾ ਵੀ ਜਵਾਬ ਹੈ ਸਰ। 15 ਸਾਲ ਪਹਿਲੇ ਇੱਕ ਪਿੰਡ ਵਿੱਚ ਪਨੁਕੁਲਾ ਆਂਧਰਾ ਪ੍ਰਦੇਸ਼ ਦਾ ਇਹ ਖੰਮਮ ਇੱਕ ਜ਼ਿਲ੍ਹਾ ਹੈਗਾ, ਉੱਥੇ ਬੜੀ ਆਤਮ ਹੱਤਿਆ ਹੋ ਰਹੀ ਸੀਗੀਆਂ ਕਿਉਂਕਿ ਕੈਮੀਕਲ ਪੈਸਟੀਸਾਈਡਸ ਇਨਸੈਕਟੀਸਾਈਡਸ ਦਾ ਬੜਾ ਪ੍ਰਯੋਗ ਸੀਗਾ ਔਰ ਬੜੀ ਆਤਮ ਹੱਤਿਆ ਹੋ ਰਹੀ ਸੀਗੀਆਂ, ਕੋਈ ਸਲੂਸ਼ਨ ਨਹੀਂ ਸੀ। ਤਾਂ ਇੱਕ ਦਿਨ ਕਹਿੰਦੇ ਕਿ ਕੁਛ ਪਿੰਡ ਦੇ ਬਜ਼ੁਰਗ 4-5 ਉਹ ਬੈਠੇ, ਉਹਨਾਂ ਨੇ ਇੱਕ ਡਿਸੀਜ਼ਨ ਲੈਤਾ ਕਿ ਅਸੀਂ ਪੈਸਟੀਸਾਈਡ ਨਹੀਂ ਯੂਜ਼ ਕਰਦੇ। ਬਹੁਤ ਲੋਕਾਂ ਨੇ ਕਿਹਾ ਤੁਹਾਡਾ ਪਿੰਡ ਜਿਹੜਾ ਹੈਗਾ ਖੇਤੀ ਖਤਮ ਹੋ ਜਾਏਗੀ, ਨੁਕਸਾਨ ਹੋ ਜਾਏਗਾ, ਗਰੀਬੀ ਜਿਹੜੀ ਹੈ ਹੋਰ ਵੱਧ ਜਾਏਗੀ, ਮਤਲਬ ਰੇ ਜਾਂ ਸਪਰੇ। ਹਾਂਜੀ, ਤਾਂ ਉਹ ਲੇਕਿਨ ਅੜਿਗ ਰਹੇ ਔਰ ਉਹਨਾਂ ਨੇ ਅਲਟੀਮੇਟਲੀ ਨੋਨ ਜਿਹੜੇ ਬਾਇਓਲੋਜੀ ਜਿਹੜੇ ਨੋਨ ਕੈਮੀਕਲ ਮੈਥਡ ਹੈਗੇ ਉਹਨਾਂ ਨਾਲ ਉਹਨਾਂ ਨੇ ਸ਼ੁਰੂ ਕੀਤਾ। ਇੱਕ ਪਿੰਡ ਨੇ ਹਿੰਮਤ ਕੀਤੀ, ਅੱਜ ਆਂਧਰਾ ਪ੍ਰਦੇਸ਼ ਵਿੱਚ 8 ਲੱਖ ਕਿਸਾਨ ਕੈਮੀਕਲ ਦੀ ਖੇਤੀ ਛੱਡ ਕੇ ਨੋਨ ਕੈਮੀਕਲ। ਕਿਆ ਬਾਤ, ਔਰ ਇੱਕ ਰੋਮੈਂਟਿਸਾਈਜ਼ ਨਹੀਂ ਮੈਂ ਕਰ ਰਿਹਾ, 8 ਲੱਖ ਕਿਸਾਨ ਬਹੁਤ ਹੁੰਦੇ ਆ ਸਰ, ਔਰ ਉਸੇ ਕਰਕੇ ਉਹਨਾਂ ਨੂੰ ਇਨਾਮ ਮਿਲਿਆ ਉੱਥੇ ਜਾ ਕੇ ਕਿ ਦੁਨੀਆਂ ਦੇ ਫਿਊਚਰ ਵਾਸਤੇ ਉਹ ਇੱਕ ਤੁਹਾਡੇ ਵਾਸਤੇ ਇੱਕ ਮਾਡਲ ਹੈਗਾ। ਔਰ ਉਸੇ ਮਾਡਲ ਨੂੰ ਅਸੀਂ ਨਹੀਂ ਜਾਣਦੇ, ਆਪਾਂ ਜਿਹੜੀ ਗੱਲ ਕਰ ਰਹੇ ਹਾਂ ਕਿ ਵੀ ਪੰਜਾਬ ਦਾ ਐਗਰੀਕਲਚਰ ਦਾ ਕੀ ਹੋਏਗਾ, ਪਾਣੀ ਦਾ ਕੀ ਹੋਏਗਾ, ਉਹ ਸਾਰਾ ਕੁਛ ਰਿਲੇਟਿਡ ਹੈਗਾ, ਲੇਕਿਨ ਅਸੀਂ ਉਹਨੂੰ ਫੋਲੋ ਕਰਨਾ ਨਹੀਂ ਚਾਹੁੰਦੇ ਹੈਗੇ। ਲੇਕਿਨ ਉਹ ਜਿਹੜੇ 4-5 ਲੋਕ ਸੀਗੇ ਬਜ਼ੁਰਗ ਉਸ ਪਰਟੀਕੁਲਰ ਪਿੰਡ ਦੇ, ਉਹਨਾਂ ਨੇ ਦੇਖੋ ਕਿ ਐਸੀ ਮੁਹਿੰਮ ਚਲਾਈ ਕਿ ਸਾਰਾ ਜਿਹੜਾ ਪ੍ਰਦੇਸ਼ ਹੈ ਉਸ ਗੱਲ ਤੇ ਕਾਇਮ ਹੈ, ਕਾਇਲ ਹੈਗਾ। ਇਹ ਕਰਕੇ ਸਾਡੇ ਪੰਜਾਬ 'ਚ ਜਿਹੜੇ ਬੰਦੇ ਔਰਗੈਨਿਕ ਖੇਤੀ ਕਰਦੇ ਨੇ ਨਾ, ਉਹ ਜ਼ਿਆਦਾ ਕਮਾਉਂਦੇ ਨੇ। ਆਪਾਂ ਉਹਨਾਂ ਤੋਂ ਕਿਤੇ ਡਬਲ ਟ੍ਰਿਪਲ ਰੇਟ ਤੇ ਖਰੀਦਦੇ, ਬਾਹਰ ਭੇਜ ਰਹੇ ਨੇ। ਆਪਾਂ ਕਹਿ ਤਾਂ ਦਿੰਦੇ ਹਾਂ ਇਹਨਾਂ ਸਾਲਾਂ ਤੋਂ ਪ੍ਰਯਾਸ ਹੋ ਰਿਹਾ ਪੰਜਾਬ ਵਿੱਚ ਔਰਗੈਨਿਕ ਫਾਰਮਰ ਫਾਰਮਿੰਗ ਬੜਾਉਣ ਦਾ, ਕਿਸਾਨ ਹੀ ਨਹੀਂ ਐਗਰੀਕਲਚਰ। ਇਹ ਸੱਚ ਹੈ, ਇਹ ਸੱਚ ਹੈ। ਸਾਨੂੰ ਕਿਸਾਨਾਂ ਮਤਲਬ ਮੰਨਣਾ ਪਏਗਾ ਸਾਨੂੰ ਕਿ ਸਾਡਾ ਰੋਲ ਜਿਹੜਾ ਹੈ ਇੰਪੋਰਟੈਂਟ ਹੈ, ਸਰਕਾਰਾਂ ਨੂੰ ਦੋਸ਼ ਦੇਣਾ ਤਾਂ ਆਸਾਨ ਹੈ, ਪਰ ਤੁਸੀਂ ਆਪਣਾ ਵੀ ਰੋਲ ਦੇਖੋ ਕਿ ਕਿਸਾਨ ਕਿੰਨੇ ਸ਼ਿਫਟ ਕਰਨਾ ਚਾਹੁੰਦੇ, ਨਹੀਂ ਕਰਨਾ ਚਾਹੁੰਦੇ। ਨਹੀਂ, ਇਹਨਾਂ ਨੇ ਜਿਵੇਂ ਦੱਸਿਆ ਪਿੰਡ ਦੇ ਛੱਪੜ ਨੂੰ ਤਾਂ ਕੋਈ ਇੰਡਸਟਰੀ ਨਹੀਂ ਖਰਾਬ ਕਰਦੀ, ਕੋਈ ਨਹੀਂ ਕਰਦੀ, ਪਿੰਡ ਦੇ ਛੱਪੜ ਨੂੰ ਤਾਂ ਆਪਾਂ ਹੀ ਖਰਾਬ ਕਰਦੇ ਹਾਂ। ਹਾਂਜੀ ਹਾਂਜੀ, ਤੁਹਾਡੇ ਵਿਰੋਧ ਦਾ ਪ੍ਰਗਟਾਵਾ ਕਰਨ ਲਈ ਅਸੀਂ 15 ਅਗਸਤ ਨੂੰ ਜਾਂ 16 ਅਗਸਤ ਨੂੰ ਦੋਵਾਂ 'ਚੋਂ ਇੱਕ ਦਿਨ ਫਾਈਨਲ ਕਰਾਂਗੇ, ਲੁਧਿਆਣੇ ਦੇ ਵਿੱਚ ਮੁਜ਼ਾਹਰਾ ਕਰ ਰਹੇ ਹਾਂ, ਜਿਹਦੇ 'ਚ ਪਲੀਜ਼ ਸਾਰੇ ਆਇਓ ਜੇ। ਇਸ ਲਈ ਅਸੀਂ ਉਹ ਦਿਨ ਚੁਣੇ ਹੈ ਕਿ ਅਸੀਂ ਕਹਿ ਸਕੀਏ ਕਿ ਸਾਨੂੰ ਪ੍ਰਦੂਸ਼ਣ ਤੋਂ, ਸਾਨੂੰ ਗੰਦੇ ਪਾਣੀ ਤੋਂ ਆਜ਼ਾਦੀ ਦੀ ਲੋੜ ਹੈ, ਦਬਾਓ ਉਹ ਵੀ ਜ਼ਰੂਰੀ ਹੈ। ਕੰਵਰ ਜੀ, ਪਰ ਉਹ ਸਾਡੇ 'ਚ ਤੇ ਸਾਰਿਆਂ ਸੁਣਨ ਵਾਲਿਆਂ 'ਚ ਜੋਸ਼ ਕੇ, ਜੋਸ਼ ਨਹੀਂ ਬਲਕਿ ਜੋ ਆਪਾਂ ਹੁਣ ਕਰਨਾ ਪੈ ਰਿਹਾ ਤੇ ਕਰਾਂਗੇ।